ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਵੀਨਿਸ ਟੀਵੀ ਦੇ ਉੱਤੇ ਸਵਾਗਤ ਹੈ। ਮੈਂ ਹਰਬੰਸ ਸ਼ੌਂਕੀ ਜੋ ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ, ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਦਾ ਉਹ ਉਪਰਾਲਾ ਜਿਹੜਾ ਕਿ ਸਤਿਗੁਰੂ ਰਵਿਦਾਸ ਮੱਝ ਦੇ ਚਰਨਾਂ ਵਿੱਚ ਇੱਕ ਸ਼ਰਧਾ ਦੇ ਫੁੱਲ ਵਜੋਂ ਭੇਂਟ ਕਰਨ ਵਜੋਂ ਹੈ। ਜੋ ਕੁਰਬਾਨੀਆਂ ਸਤਿਗੁਰੂ ਰਵਿਦਾਸ ਮੱਝ ਨੇ ਰਵਿਦਾਸੀਆ ਕੌਮ ਅਤੇ ਸਮੁੱਚੀ ਮਾਨਵਤਾ ਦੇ ਉੱਤੇ ਕੀਤੀਆਂ ਔਰ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਦੀ ਇਸ ਸਮੁੱਚੀ ਸੋਚ ਔਰ ਅਗਾਂਹ ਵਧੂ ਸੋਚ ਦਾ ਸਦਕਾ ਅੱਜ ਸਾਰੀ ਰਵਿਦਾਸੀਆ ਕੌਮ ਗੁਰੂ ਮਾਈ ਦੇ ਉਹਨਾਂ ਪਰ ਉਪਕਰਨ ਚੇਤੇ ਕਰਦਿਆਂ ਹੋਇਆਂ ਅੱਜ ਬੀਨਸ ਟੀਵੀ ਦੇ ਪਲੇਟਫਾਰਮ ਤੋਂ ਬੀਨਸ ਟੀਵੀ ਦੇ ਚੈਨਲ ਰਾਹੀਂ ਕਾਂਛੀ ਟੀਵੀ ਦਾ ਅੱਜ ਉਦਘਾਟਨ ਕਰਦਿਆਂ ਹੋਇਆਂ ਅੱਜ ਸ਼ੁਕਰਾਨਾ ਕਰਦਿਆਂ ਹੋਇਆਂ ਪਹਿਲਾ ਦਿਨ ਆਪਣਾ ਸਫ਼ਰ ਸ਼ੁਰੂ ਕਰਦਿਆਂ ਹੋਇਆਂ ਸਤਿਗੁਰੂ ਰਵਿਦਾਸ ਮੱਝ ਦੇ ਮਿਸ਼ਨ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਕਾਂਛੀ ਟੀਵੀ ਨੂੰ ਬੀਨਸ ਟੀਵੀ ਦੇ ਰਾਹੀਂ ਪ੍ਰਮੋਟ ਕਰਨ ਵਾਸਤੇ ਸਮੁੱਚੇ ਸੰਸਾਰ ਤੱਕ ਗੁਰੂ ਮਾਈ ਦਾ ਮਿਸ਼ਨ ਲੈ ਜਾਣ ਵਾਸਤੇ ਅੱਜ ਅਸੀਂ ਪਹਿਲੇ ਦਿਨ ਇਸ ਨਵੇਂ ਬਣੇ ਸਟੂਡੀਓ ਦੇ ਵਿੱਚ ਇਹ ਸਟੂਡੀਓ ਜਿਹੜਾ ਕਿ ਬਰਮਿੰਗਮ ਦੇ ਵਿੱਚ ਇੰਗਲੈਂਡ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਪਹਿਲਾ ਸਟੇਡੀਅਮ ਹੈ ਜੋ ਸਤਿਗੁਰੂ ਰਵਿਦਾਸ ਮੱਝ ਜੀ ਦਾ ਉਹ ਮਿਸ਼ਨ ਉਹ ਸੁਪਨਾ ਉਹ ਆਸ਼ੀਰਵਾਦ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਅੱਜ ਸਤਿਗੁਰੂ ਰਵਿਦਾਸ ਮੱਝ ਦੀ ਕਿਰਪਾ ਦਾ ਸਦਕਾ ਹੈ ਸਾਨੂੰ ਮਹਾਰਾਜ ਜੀ ਨੇ ਇੰਨੀਆਂ ਬੁਲੰਦੀਆਂ 'ਤੇ ਲੈ ਆਉਂਦਾ ਇੰਨੇ ਊਚ ਕਰ ਦਿੱਤਾ ਹੈ ਕਿ ਅੱਜ ਜਿਹਨਾਂ ਜੀਭਾਂ ਦੇ ਉੱਤੇ ਜਿੰਦੇ ਲੱਗੇ ਹੋਏ ਸਨ ਅੱਜ ਆਪਣੇ ਚੈਨਲ ਰਾਹੀਂ ਬੀਨਸ ਟੀਵੀ ਰਾਹੀਂ ਅਸੀਂ ਆਪਣੇ ਜਿੰਦੇ ਖੁੱਲ੍ਹੇ ਸਾਰੀ ਸੰਗਤ ਦੇ ਸਾਹਮਣੇ ਦਿਖਾ ਰਹੇ ਹਾਂ ਔਰ ਮਾਈ ਦਾ ਸ਼ੁਕਰਾਨਾ ਕਰ ਰਹੇ ਹਾਂ। ਅਸੀਂ ਸ਼ੁਕਰਾਨੇ ਵਜੋਂ ਅੱਜ ਜਿਹੜੀਆਂ ਸੰਗਤਾਂ ਜਿੰਨੇ ਵੀ ਪਤਵੰਤ ਦੇ ਸੱਜਣ ਜਿਤਨੇ ਵੀ ਦੁਨੀਆ ਦੇ ਵਿੱਚੋਂ ਇੰਗਲੈਂਡ ਵਿੱਚੋਂ ਹੀ ਨਹੀਂ ਬਲਕਿ ਯੂਰਪ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਔਰ ਇੰਗਲੈਂਡ ਦੇ ਕੋਨੇ ਕੋਨੇ ਦੇ ਵਿੱਚੋਂ ਇਸ ਨਵੇਂ ਬਣੇ ਹੋਏ ਕਾਂਛੀ ਟੀਵੀ ਦੇ ਨਵੇਂ ਸਟੂਡੀਓ ਨੂੰ ਅੱਜ ਪੌਂਖਾ ਦੇਣ ਵਾਸਤੇ ਇਹਦੀ ਓਪਨ ਸੈਰੇਮਨੀ ਕਰਨ ਵਾਸਤੇ ਬੜੇ ਹੁੰਮ ਹੁਮਾ ਕੇ ਆਏ ਨੇ। ਆਪਣਾ ਪਿਆਰ ਆਪਣੀ ਸ਼ਰਧਾ ਆਪਣੀਆਂ ਖੁਸ਼ੀਆਂ ਗੁਰੂ ਜੀ ਦੇ ਪ੍ਰਤੀ ਚਾਅ ਲੈ ਕੇ ਜਿਹੜੀਆਂ ਸੰਗਤਾਂ ਹਾਜ਼ਰ ਹੋਈਆਂ ਨੇ ਦਾਸ ਆਪਣੇ ਵੱਲੋਂ ਫਿਰ ਸਾਰਿਆਂ ਨੂੰ ਬੀਨਸ ਟੀਵੀ ਰਾਹੀਂ ਸਾਰੇ ਹੀ ਸਰੋਤਿਆਂ ਨੂੰ ਪਿਆਰੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ ਹੈ। ਮੁੜ ਕੇ ਫਿਰ ਸਾਰਿਆਂ ਨੂੰ ਜੈ ਗੁਰਦੇਵ ਕਹਿੰਦਾ ਹੋਇਆ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਜਿੱਥੇ ਇੰਡੀਆ ਗੌਰਮੈਂਟ ਵੱਲੋਂ ਔਰ ਇੱਥੇ ਦੀ ਸਰਕਾਰ ਵੱਲੋਂ ਇੱਥੇ ਦੀ ਰਾਜਨੀਤੀ ਵੱਲੋਂ ਔਰ ਇੱਥੇ ਦੇ ਧਾਰਮਿਕ ਸੰਸਥਾਵਾਂ ਵੱਲੋਂ ਪਤਵੰਤੇ ਸੱਜਣ ਹਾਜ਼ਰ ਹੋਏ ਨੇ ਔਰ ਉੱਥੇ ਸਮੁੱਚੀਆਂ ਸੰਗਤਾਂ ਹੜ੍ਹ ਵਾਂਗੂ ਇੱਥੇ ਇਸ ਉਦਘਾਟਨ ਵਿੱਚ ਪਹੁੰਚੀਆਂ ਨੇ। ਮੈਂ ਫਿਰ ਇਸ ਉਦਘਾਟਨ ਦੇ ਸਮੇਂ ਆਈਆਂ ਹੋਈਆਂ ਸੰਗਤਾਂ ਦਾ ਇੱਕ ਦ੍ਰਿਸ਼ਟਾਂਤ ਇੱਕ ਉਦਾਹਰਣ ਜਕਾਰੇ ਦੇ ਰੂਪ ਵਿੱਚ ਦੇਣੀ ਚਾਹੁੰਦਾ। ਆਓ ਪਿਆਰ ਸਤਿਕਾਰ ਨਾਲ ਸੁਣੀਏ ਕਿ ਸੰਗਤਾਂ ਦੇ ਅੰਦਰ ਗੁਰੂ ਰਵਿਦਾਸ ਮੱਝ ਦੇ ਪ੍ਰਤੀ ਕਿੰਨਾ ਕੁ ਪਿਆਰ ਹੈ। ਇਹ ਸੰਗਤਾਂ ਜਿਹੜੀਆਂ ਕਿ ਇੰਗਲੈਂਡ ਦੇ ਕੋਨੇ ਕੋਨੇ ਤੋਂ ਦੁਨੀਆ ਦੇ ਕੋਨੇ ਕੋਨੇ ਤੋਂ ਇਹ ਸਟੂਡੀਓ ਦੇ ਉਦਘਾਟਨ ਸਮੇਂ ਆਈਆਂ ਨੇ ਔਰ ਮੇਰੇ ਨਾਲ ਇਸ ਵੇਲੇ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੌਂਸਲੇਟ ਜਨਰਲ ਆਫ ਇੰਡੀਆ ਬਰਮਿੰਗਮ ਦੇ ਇਸ ਵੇਲੇ ਪ੍ਰਤੀਨਿਧ ਮਿਸਟਰ ਆਰ ਕੇ ਸ਼ਰਮਾ ਜੀ ਜਿਹੜੇ ਕਿ ਵੀਜ਼ਾ ਸੈਕਸ਼ਨ ਦੇ ਇੰਚਾਰਜ ਨੇ ਔਰ ਇਹਨਾਂ ਨੂੰ ਦਾਸ ਆਪਣੇ ਵੱਲੋਂ ਔਰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਵੱਲੋਂ ਜੀ ਆਖਦਾ ਹੈ। ਨਾਲ ਹੀ ਸਾਡੇ ਸਤਿਕਾਰਯੋਗ ਉਪਾਸ਼ਕ ਜੀ ਔਰ ਜਿਹੜੇ ਕਿ ਨਿਰੰਕਾਰੀ ਮੰਡਲ ਦੇ ਕਰਤਾ ਧਰਤਾ ਨੇ ਔਰ ਮਹਾਂਪੁਰਸ਼ ਨੇ ਔਰ ਇਹਨਾਂ ਦਾ ਉਪਰਾਲਾ
ਔਰ ਇਹਨਾਂ ਦੀ ਮਿਹਨਤ ਦਾ ਸਦਕਾ ਸਾਡੇ ਨਾਲ ਹਮੇਸ਼ਾ ਇਹਨਾਂ ਦੇ ਬਹੁਤ ਸਹਿਯੋਗ ਰਿਹਾ ਹੈ ਔਰ ਇਹਨਾਂ ਦਾ ਕਾਫੀ ਸਾਡੇ ਨਾਲ ਇਸ ਜਗ੍ਹਾ ਦਾ ਯੋਗਦਾਨ ਹੈ। ਅਸੀਂ ਇਹਨਾਂ ਨੂੰ ਧੰਨਵਾਦ ਕਹਿੰਦੇ ਔਰ ਜੀ ਆਖਦੇ ਹਾਂ। ਔਰ ਇਹਨਾਂ ਦੇ ਨਾਲ ਬੈਠੇ ਨੇ ਸਾਡੇ ਇੰਗਲੈਂਡ ਦੇ ਰਾਜਨੀਤੀ ਦੇ ਕਰਤਾ ਧਰਤਾ ਸਾਡੇ ਖਾਲਦ ਮਹਿਮੂਦ ਜੀ, ਜਿਹੜੇ ਕਿ ਪਹਿਲੀ ਵਾਰ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਇਹਨਾਂ ਦੀਆਂ ਸੇਵਾਵਾਂ ਰਵਿਦਾਸੀਆ ਕੌਮਲੇ ਵਾਸਤੇ ਬਹੁਤ ਹਨ। ਔਰ ਇਹਨਾਂ ਦੇ ਨਾਲ ਬੈਠੇ ਨੇ ਖੁਰਮ ਰਾਜਾ ਜੀ, ਜਿਹੜੇ ਕਿ ਅਸਿਸਟੈਂਟ ਟੂ ਮਿਸਟਰ ਖਾਲਦ ਮਹਿਮੂਦ ਜੀ ਨੇ ਔਰ ਇਹਨਾਂ ਨੂੰ ਮੈਂ ਆਪਣੇ ਵੱਲੋਂ ਔਰ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਦੇ ਸਾਰੇ ਪ੍ਰਬੰਧਕਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਰਵਿਦਾਸੀਆ ਕੌਮ ਦੇ ਸਾਰੇ ਪਤਵੰਤਿਆਂ ਵੱਲੋਂ ਇਹਨਾਂ ਡਿਗਨੇਟਰੀ ਜੀ ਨੂੰ, ਇਹਨਾਂ ਅਹੁਦੇਦਾਰਾਂ ਨੂੰ ਜੀ ਆਇਆਂ ਆਖਦਾ ਹਾਂ। ਔਰ ਜਿੰਨੀ ਰਵਿਦਾਸੀਆ ਕੌਮ ਇਸ ਵੇਲੇ ਸਟੂਡੀਓ ਵਿੱਚ ਬੈਠੀ ਹੈ ਔਰ ਦਾਸ ਨੂੰ ਸੁਣ ਰਹੀ ਹੈ ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਣੇ ਸਜਦਾ ਕਰਨ ਵਾਸਤੇ, ਨਮਸਕਾਰਾਂ ਕਰਨ ਵਾਸਤੇ, ਜਿਹਨਾਂ ਜਿਹਨਾਂ ਨੇ ਟੀ ਵੀ ਔਨ ਕੀਤੇ ਨੇ ਔਰ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਇਹ ਪ੍ਰੋਗਰਾਮ ਤਕਰੀਬਨ 8 ਵਜੇ ਤੱਕ ਇਸੇ ਤਰੀਕੇ ਨਾਲ ਚਲੇਗਾ ਔਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰੀਏ। ਗੁਰੂ ਰਵਿਦਾਸ ਮਹਾਰਾਜ ਦਾ ਮਾਰੂ ਰਾਗ ਦੇ ਵਿੱਚ, ਜਿਹੜਾ ਕਿ ਉਸ ਨਿਰੰਕਾਰ ਦੇ ਚਰਨਾਂ ਵਿੱਚ ਪ੍ਰਵਾਨਿਤ ਸ਼ਬਦ ਹੈ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਾਈਆਂ ਮੇਰੇ ਮਾਥੇ ਛਤਰ ਥਰੇ। ਸਤਿਗੁਰ ਰਵਿਦਾਸ ਮਾਈ ਦੀ ਉਸ ਭਜਨ ਬੰਦਗੀ ਨੂੰ ਤਾਂ ਛਤਰ ਝੁੱਲੇ ਸਨ, ਅੱਜ ਉਹਦੀ ਕਿਰਪਾ ਦਾ ਸਦਕਾ ਉਹਦੀ ਗਰੀਬ ਜੀ ਨਵਾਣੀ ਉਹ ਕੌਮ ਦੀ ਸਿਰਾਂ ਦੇ ਉੱਤੇ ਵੀ ਅੱਜ ਛਤਰ ਝੁੱਲ ਰਹੇ ਨੇ। ਅੱਜ ਸਮੁੱਚੀ ਕੌਮ ਇਹਨਾਂ ਛਤਰਾਂ ਨੂੰ ਦੇਖ ਰਹੀ ਹੈ ਕਿ ਸਤਿਗੁਰੂ ਨੇ ਸਾਨੂੰ ਕਿਹੋ ਜਿਹੀਆਂ ਸੀਟਾਂ 'ਤੇ ਬਿਠਾ ਦਿੱਤਾ, ਸਤਿਗੁਰੂ ਰਵਿਦਾਸ ਮਾਈ ਨੇ ਕਿਹੋ ਜਿਹੇ ਛਤਰ ਝੁਲਾ ਦਿੱਤੇ ਨੇ। ਅੱਜ ਉਹ ਅਸੀਂ ਪ੍ਰੋਗਰਾਮ, ਆਓ ਮੇਰੇ ਪਾਸ ਬੱਚੇ ਬੈਠੇ ਨੇ, ਇਹ ਗੁਰੂ ਮਹਾਰਾਜ ਦੀ ਬਾਣੀ ਦਾ ਸ਼ਬਦ ਗਾਨ ਕਰਨਗੇ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਾਈਆਂ ਮੇਰਾ ਮੇਰੇ ਮਾਥੇ ਛਤਰ ਥਰੇ। ਆਹ
ਪਿਆਰੇ ਦਰਸ਼ਕੋ, ਇਹ ਸ਼ਬਦ ਸਤਿਗੁਰ ਰਵਿਦਾਸ ਮਾਈ ਦਾ ਸਮੁੱਚੇ ਸੰਸਾਰ ਨੂੰ ਜੋ ਉਪਦੇਸ਼ ਦਿੰਦਾ ਹੈ, ਜਿੱਥੇ ਸਤਿਗੁਰ ਰਵਿਦਾਸ ਮਾਈ ਨੇ ਉਪਦੇਸ਼ ਰਾਹੀਂ ਕਿਹਾ ਹੈ ਕਿ ਜੇਕਰ ਮੈਂ ਭਜਨ ਬੰਦਗੀ ਕੀਤੀ, ਚੰਗੇ ਅਮਲ ਕਰੇਂਦਿਆਂ ਉਸਤਤ ਕਰੇ ਜਹਾਨ, ਜੋ ਸੰਸਾਰ ਦੇ ਵਿੱਚ ਚੰਗੇ ਕੰਮ ਕਰਦਾ ਹੈ, ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਅਤੇ ਪ੍ਰਭੂ ਪਰਮਾਤਮਾ ਹਮੇਸ਼ਾ ਹੀ ਉਹਦਾ ਸਾਥ ਦਿੰਦੇ ਨੇ। ਮਹਾਂਪੁਰਸ਼ਾਂ ਨੇ, ਸਤਿਗੁਰੂ ਰਵਿਦਾਸ ਮਾਈ ਨੇ ਆਪਣੀ ਬਾਣੀ ਵਿੱਚ ਇਹ ਤੁਕਾਂ ਕਹੀਆਂ ਨੇ ਕਿ ਆ ਚੰਗੇ ਕੰਮ ਕਰਨ ਦੇ ਨਾਲ ਨਾਲ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੇ ਨਾਲ ਮੇਰੇ ਸੀਸ ਦੇ ਉੱਤੇ ਛਤਰ ਚਲਾਏ ਗਏ ਨੇ, ਔਰ ਉਹ ਲੋਕ ਜਿਹੜੇ ਕਿ ਮੈਨੂੰ ਅਛੂਤ ਕਹਿੰਦੇ ਸਨ, ਉਹ ਲੋਕ ਜਿਹੜੇ ਕਿ ਮੈਨੂੰ ਨਫ਼ਰਤ ਕਰਦੇ ਸਨ, ਮੇਰੀ ਭਜਨ ਬੰਦਗੀ ਕਰਕੇ, ਮੇਰੇ ਚੰਗੇ ਕਾਰਨਾਂ ਕਰਕੇ, ਕਰਮਾਂ ਕਰਕੇ ਅੱਜ ਉਹ ਲੋਕ ਮੇਰੇ ਚਰਨਾਂ ਵਿੱਚ ਆ ਕੇ ਝੁਕੇ ਹਨ। ਨਾਲ ਹੀ ਇਸੇ ਸ਼ਬਦ ਵਿੱਚ ਜਿੱਥੇ ਉਹਨਾਂ ਨੇ ਭਜਨ ਬੰਦਗੀ ਦਾ ਸੁਨੇਹਾ ਦਿੱਤਾ, ਚੰਗੇ ਕਰਮਾਂ ਦਾ ਸੁਨੇਹਾ ਦਿੱਤਾ, ਨਾਲ ਉਹਨਾਂ ਨੇ ਮਹਾਰਾਜ ਜੀ ਨੂੰ ਸਾਡੇ ਅੰਦਰ, ਮਹਾਰਾਜ ਜੀ ਨੇ ਸਾਡੇ ਅੰਦਰ ਇੱਕ ਜੋਸ਼ ਭਰਿਆ ਹੈ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਮਹਾਰਾਜ ਨੇ ਹੁਕਮ ਕੀਤਾ ਜੀਓ ਅਤੇ ਜੀਣ ਦਿਓ, ਵੀ ਜਿਹੜਾ ਤੁਹਾਨੂੰ ਕੋਈ ਡਰਾਉਂਦਾ ਉਹ ਤੋਂ ਡਰਨ ਦੀ ਲੋੜ ਨਹੀਂ। ਮਹਾਰਾਜ ਜੀ ਤੁਹਾਨੂੰ ਉੱਚੇ ਕਰਨ ਵਾਲਾ ਹੈ, ਔਰ ਤੁਹਾਡੇ ਤੁਹਾਨੂੰ ਦੁਨੀਆਂ ਦੇ ਵਿੱਚ ਨਿਡਰ ਹੋ ਕੇ, ਨਿਰਭੈ ਹੋ ਕੇ ਕੌਮ ਦੇ, ਸਮਾਜ ਦੇ ਧਾਰਮਿਕ ਕੰਮ, ਸਮਾਜਿਕ ਕੰਮ ਕਰਨੇ ਚਾਹੀਦੇ ਨੇ। ਲਓ ਆਓ, ਗੁਰੂ ਮਹਾਰਾਜ ਜੀ ਨੇ ਸਾਨੂੰ ਇੱਕ ਸਮੁੱਚੇ ਸੰਸਾਰ ਨੂੰ, ਮਾਨਵਤਾ ਨੂੰ ਉਪਦੇਸ਼ ਦਿੱਤਾ ਹੈ ਕਿ ਜਿਸ ਪਰਮਾਤਮਾ ਦਾ ਅਸੀਂ ਨਾਮ ਜਪਦੇ ਹੋ, ਉੱਥੇ ਪਖੰਡਾਂ ਦੀ ਲੋੜ ਨਹੀਂ। ਗੋਬਿੰਦ ਭਾਵ ਭਗਤ ਦਾ ਭੁੱਖਾ, ਉਸ ਨੂੰ ਸਿਰਫ ਪਰਮਾਤਮਾ ਨੂੰ ਤੇ ਇੱਕ ਪਿਆਰ ਦੀ ਜ਼ਰੂਰਤ ਹੈ, ਸ਼ਰਧਾ ਦੀ ਜ਼ਰੂਰਤ ਹੈ। ਆਓ, ਸਤਿਗੁਰ ਰਵਿਦਾਸ ਮਾਈ ਦੀ ਧਨਾਸਰੀ ਰਾਗ ਦੇ ਵਿੱਚ ਗਾਇਣ ਕੀਤੀ ਹੋਈ ਆਰਤੀ, ਜਿਹੜੀ ਕਿ ਸਮੁੱਚੇ ਸੰਸਾਰ ਦੇ ਵਿੱਚੋਂ ਫੋਕੇ, ਵਹਿਮ ਭਰਮ, ਭੁਲੇਖੇ ਦੂਰ ਕਰਦੀ ਹੈ ਕਿ ਨਾਮ ਤੋਂ ਬਿਨਾਂ ਇਹ ਸੰਸਾਰ ਦੇ ਵਿੱਚ ਬਾਕੀ ਸਾਰਾ ਝੂਠਾ ਪਸਾਰਾ ਹੈ। ਨਾਮ ਤੇ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਆਓ ਆਪਾਂ ਨਾਮ ਦੀ ਮਹਿਮਾ ਸਤਿਗੁਰ ਰਵਿਦਾਸ ਮਾਈ ਦੇ ਮੁਖਾਰਵਿੰਦ ਤੋਂ ਉਚਾਰਨ ਕੀਤੀ ਹੋਈ ਧਨਾਸਰੀ ਰਾਗ ਦੇ ਵਿੱਚ ਸ਼ਬਦ ਆਰਤੀ ਸਰਵਣ ਕਰੀਏ। ਬੇਨਤੀ ਹੈ ਕਿ ਆਪਾਂ ਹੁਣ ਬ੍ਰੇਕ ਵੱਲ ਜਾ ਰਹੇ ਹਾਂ। ਮੈਂ ਜਿੰਨੇ ਵੀ ਦੇਖਣ ਵਾਲੇ ਦਰਸ਼ਕ ਨੇ, ਮੈਂ ਆਪਣੇ ਪਿਆਰੇ ਦਰਸ਼ਕਾਂ ਨੂੰ, ਸਤਿਕਾਰਯੋਗ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਹ ਟੀਵੀ ਦਾ ਪ੍ਰੋਗਰਾਮ, ਇਹ ਵੀਨਸ ਟੀਵੀ 805 ਦੇ ਉੱਤੇ ਜੋ ਪ੍ਰੋਗਰਾਮ ਆ ਰਿਹਾ ਹੈ, ਇਹ ਗੁਰੂ ਮਹਾਰਾਜ ਦਾ ਸਰੂਪ, ਔਰ ਇਹਨੂੰ ਦੇਖਦਿਆਂ ਸਾਡੀ ਭੁੱਖ ਲਹਿੰਦੀ ਹੈ, ਸਾਡੇ ਸਾਰੇ ਕਸ਼ਟ ਦੂਰ ਹੁੰਦੇ ਨੇ। ਗੁਰ ਕੀ ਮੂਰਤ ਮਨ ਮੇ ਧਿਆਨ, ਇਸ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖੋ, ਔਰ ਜਿੰਨਾ ਚਿਰ ਅਸੀਂ ਬ੍ਰੇਕ 'ਤੇ ਜਾ ਰਹੇ ਹਾਂ, ਇਸ ਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਅਗਲੇ ਪ੍ਰੋਗਰਾਮ ਦੀ ਉਡੀਕ ਕਰੋ, ਔਰ ਤੁਹਾਨੂੰ ਅਸੀਂ ਥੋੜ੍ਹੇ ਹੀ ਚਿਰਾਂ ਦੇ ਵਿੱਚ ਔਰ ਚੰਦ ਕੁ ਮਿੰਟਾਂ ਤੱਕ ਵਾਪਸ ਮਿਲਦੇ ਹਾਂ, ਔਰ ਗੁਰੂ ਦੇ ਚਰਨਾਂ ਵਿੱਚ ਜੋੜਨ ਦੇ ਵਾਸਤੇ ਅਗਲਾ ਉਪਰਾਲਾ ਇਸੇ ਤਰੀਕੇ ਨਾਲ ਤਿਆਰ ਰਹੇਗਾ। ਜੈ ਗੁਰਦੇਵ। ਮੇਰੇ ਵੱਲੋਂ ਫਿਰ ਸਾਰੇ ਹੀ ਪਿਆਰੇ ਦਰਸ਼ਕਾਂ ਨੂੰ ਔਰ ਬਿਜ਼ਨਸ ਟੀਵੀ ਦੇਖਣ ਵਾਲਿਆਂ ਨੂੰ, ਕਾਂਸ਼ੀ ਟੀਵੀ ਦਾ ਪਹਿਲਾ ਪ੍ਰੋਗਰਾਮ ਉਦਘਾਟਨ ਪੱਖੋਂ ਜੋ ਅੱਜ ਪੇਸ਼ ਕੀਤਾ ਜਾ ਰਿਹਾ, ਇਸ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਪ੍ਰਾਪਤ ਕਰਦਿਆਂ ਹੋਇਆਂ ਜਿੰਨੇ ਵੀ ਸਰੋਤੇ ਨੇ, ਜਿੰਨੇ ਵੀ ਦਰਸ਼ਕ ਨੇ, ਮੈਂ ਫਿਰ ਆਪਣੇ ਵੱਲੋਂ ਉਹਨਾਂ ਨੂੰ ਜੈ ਗੁਰਦੇਵ ਕਹਿੰਦਾ ਹਾਂ। ਬ੍ਰੇਕ ਤੋਂ ਬਾਅਦ
ਸਾਰਿਆਂ ਨੂੰ ਫਿਰ ਜੀ ਆਇਆਂ ਨੂੰ ਸਤਿਕਾਰ ਦੇ ਨਾਲ ਆਓ ਧਨਾਸਰੀ ਰਾਗ ਦੇ ਵਿੱਚ ਗੁਰੂ ਸਾਹਿਬਾਂ ਦੀ ਆਰਤੀ ਸਰਵਣ ਕਰੀਏ। ਆਰੇ
ਪਿਆਰੇ ਦਰਸ਼ਕੋ, ਗੁਰੂ ਮਹਾਰਾਜ ਦਾ ਆਪਾਂ ਉਪਦੇਸ਼ ਆਰਤੀ ਰਾਹੀਂ ਸਰਵਣ ਕੀਤਾ। ਮਹਾਰਾਜ ਜੀ ਨੇ ਸਮੁੱਚੇ ਸੰਸਾਰ ਨੂੰ ਨਾਮ ਦੀ ਮਹਿਮਾ ਆਰਤੀ ਰਾਹੀਂ ਬਿਆਨ ਕੀਤੀ ਹੈ। ਸਮੁੱਚਾ ਸੰਸਾਰ ਅੱਜ ਨਾਮ ਦੇ ਸਹਾਰੇ ਤੇ ਟਿਕਿਆ ਹੋਇਆ ਹੈ। ਸੰਸਾਰ ਵਿੱਚ ਕਿਸੇ ਦੇਸ਼ ਵਿੱਚ, ਕਿਸੇ ਸਮਾਜ ਵਿੱਚ, ਕਿਸੇ ਕੋਨੇ ਵਿੱਚ ਜਿਤਨੇ ਵੀ ਮਹਾਂਪੁਰਸ਼, ਪੀਰ, ਪੈਗੰਬਰ, ਔਲੀ ਆਏ ਨੇ, ਜਿਤਨੇ ਮਹਾਂਪੁਰਸ਼ ਆਏ ਨੇ, ਸਾਰਿਆਂ ਦਾ ਸਮੁੱਚੇ ਸੰਸਾਰ ਨੂੰ ਨਾਮ ਜਪਣ ਦਾ ਉਪਦੇਸ਼ ਹੈ। ਔਰ ਆਪਸੀ ਭਾਈਚਾਰਾ, ਆਪਸੀ ਮਿਲਵਰਤਣ, ਔਰ ਦੂਸਰੇ ਨਾਲ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਰਹਿਣਾ, ਆਪਣੀ ਕਿਰਤ ਕਰਨੀ, ਜੀਓ ਅਤੇ ਜੀਣ ਦਿਓ ਦੇ ਮਿਸ਼ਨ ਦੇ ਨਾਲ ਹਰ ਮਹਾਂਪੁਰਸ਼ ਨੇ ਸਮੁੱਚੇ ਸੰਸਾਰ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਹ ਅਕਾਲੀ ਅਤੇ ਅਦੁੱਤੀ ਬਾਣੀ, ਉਹਨਾਂ ਦੇ ਵਡਮੁੱਲੇ ਪ੍ਰਵਚਨ ਵੀ ਸਮੁੱਚੇ ਸੰਸਾਰ ਨੂੰ ਅੱਜ ਇਹੋ ਹੀ ਉਪਦੇਸ਼ ਦਿੰਦੇ ਨੇ ਕਿ ਆਓ ਗੁਰੂ ਦੇ ਪਿਆਰਿਓ, ਸਤ ਸੰਗਤ ਮਿਲ ਰਹੀ ਹੈ, ਮਾਧੋ ਜੈਸੇ ਮਧੁ ਮਖੀਰਾ। ਆਪਾਂ ਸਮੁੱਚੇ ਸੰਸਾਰ ਦੇ ਨਾਲ ਪਿਆਰ ਪਾ ਕੇ, ਰਵਿਦਾਸੀਆ ਕੌਮ ਇੱਕ ਸ਼ਾਂਤੀ ਪ੍ਰਿਯ ਕੌਮ ਹੈ, ਔਰ ਇਹ ਰਵਿਦਾਸੀਆ ਜਿਤਨੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਸ਼ਰਧਾਲੂ ਹਨ, ਔਰ ਸਾਰੇ ਹੀ ਧਰਮਾਂ ਦਾ ਦਿਲੋਂ ਸਤਿਕਾਰ ਕਰਦੇ ਨੇ, ਹਾਰਦਿਕ ਸਤਿਕਾਰ ਕਰਦੇ ਨੇ, ਔਰ ਉਹ ਚਾਹੁੰਦੇ ਨੇ ਕਿ ਜਿਹੜੇ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਸਤ ਸੰਗਤ ਮਿਲ ਰਹੀਏ, ਮਾਧੋ ਜੈਸੇ ਮਧੁ ਮਖੀਰਾ, ਇੱਕ ਸਿਰਫ ਆਪਣੇ ਹੀ ਸ਼ਰਧਾਲੂਆਂ ਨੂੰ ਇਹ ਵਚਨ ਨਹੀਂ ਆਖੇ, ਬਲਕਿ ਸਮੁੱਚੀ ਮਾਨਵਤਾ ਵਾਸਤੇ ਇਹ ਉਪਦੇਸ਼ ਹੈ ਕਿ ਆਓ ਇਕੱਠੇ ਹੋ ਕੇ ਜਿਹੜੇ ਸਾਨੂੰ ਜ਼ਿੰਦਗੀ ਦੇ ਸੁਭਾਸ ਮਿਲੇ ਹਨ, ਦੂਸਰਿਆਂ ਦਾ ਸਤਿਕਾਰ ਕਰਦਿਆਂ ਹੋਇਆਂ, ਦੂਸਰੇ ਧਰਮਾਂ ਦਾ ਸਤਿਕਾਰ ਕਰਦਿਆਂ ਹੋਇਆਂ, ਔਰ ਉਹਨਾਂ ਦੇ ਨਾਲ ਪਿਆਰ ਪਾਉਂਦਿਆਂ ਹੋਇਆਂ, ਕਮਿਊਨਿਟੀ ਦੇ ਨਾਲ ਪਿਆਰ ਕਰਦਿਆਂ ਹੋਇਆਂ, ਉਹਨਾਂ ਦੇ ਭਲੇ ਦੇ ਕੰਮ ਕਰਦਿਆਂ ਹੋਇਆਂ, ਉਹਨਾਂ ਦੇ ਉੱਪਰ ਪਰਉਪਕਾਰ ਕਰਦਿਆਂ ਹੋਇਆਂ, ਗਰੀਬਾਂ ਦਾ ਸਾਥ ਦਿੰਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਵਿਚਰੀਏ। ਆਓ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਜਿੰਨੀਆਂ ਵੀ ਪਤਵੰਤੇ ਹਾਜ਼ਰ ਹੋਏ ਨੇ, ਔਰ ਅੱਜ ਇਸ ਉਦਘਾਟਨ ਦੇ ਸਮੇਂ ਮੈਂ ਫਿਰ ਬੀਨਸ ਟੀਵੀ ਦੇ ਪ੍ਰਬੰਧਕਾਂ ਦਾ, ਇਹਨਾਂ ਦੇ ਮਾਲਕਾਂ ਦਾ ਫਿਰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰ ਅੱਜ ਬਖਸ਼ਿਸ਼ ਕੀਤਾ ਹੈ। ਔਰ ਇਸ ਪਲੇਟਫਾਰਮ ਰਾਹੀਂ ਅਸੀਂ ਆਪਣੇ ਸਮਾਜ ਦੀ, ਆਪਣੇ ਧਰਮ ਦੀ, ਆਪਣੇ ਗੁਰੂ ਦੀ, ਆਪਣੇ ਕੌਮ ਦੀ, ਆਪਣੇ ਗਰੀਬ ਭਰਾਵਾਂ ਦੀ, ਮਜ਼ਲੂਮਾਂ ਦੀ, ਲਤਾੜੇ ਹੋਏ ਲੋਕਾਂ ਦੀ ਗੱਲ ਕਰਨ ਦਾ ਸਾਨੂੰ ਅੱਜ ਮੌਕਾ ਮਿਲ ਰਿਹਾ। ਮੈਂ ਆਪ ਜੀ ਨੂੰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗਾ, ਆਪ ਜੀ ਦੇ ਨਾਲ ਖੂਬ ਰੂਬਰੂ ਪੇਸ਼ ਕਰ ਰਿਹਾ, ਔਰ ਵਿਚਾਰ ਸਾਂਝੇ ਕਰਨ ਵਾਸਤੇ ਬਰਮਿੰਘਮ ਤੋਂ ਪਹਿਲੀ ਵਾਰ ਦੇ 3 ਵਾਰ ਚੁਣੇ ਜਾ ਚੁੱਕੇ ਮੈਂਬਰ ਪਾਰਲੀਮੈਂਟ ਸਤਿਕਾਰਯੋਗ ਖਾਲਿਦ ਮਹਿਮੂਦ ਜੀ ਨੂੰ ਕਾਂਸੀ ਟੀਵੀ ਵੱਲੋਂ ਕਿ ਅੱਜ ਪਹਿਲਾ ਸਾਡਾ ਸਫ਼ਰ ਸ਼ੁਰੂ ਹੋਇਆ। ਕਾਂਸੀ ਟੀਵੀ, ਤੁਸੀਂ ਹਰ ਸਮਾਜ ਦੇ ਵਿੱਚ ਜਾਂਦੇ ਹੋ, ਤੁਸੀਂ ਹਰ ਧਰਮ ਦੇ ਵਿੱਚ ਜਾਂਦੇ ਹੋ, ਕਿਉਂਕਿ ਤੁਸੀਂ ਹਰ ਸਮਾਜ ਦੇ ਰਿਪ੍ਰੈਜੈਂਟੇਟਿਵ ਹੋ, ਪ੍ਰਤੀਨਿਧ ਹੋ, ਔਰ ਜਿੱਥੇ ਤੁਸੀਂ ਬਾਕੀ ਧਰਮਾਂ ਵਿੱਚ ਜਾਂਦੇ ਹੋ, ਅੱਜ ਤੁਸੀਂ ਰਵਿਦਾਸੀਆ ਧਰਮ ਦੇ ਇਸ ਛੋਟੇ ਜਿਹੇ ਕਦਮ ਦੇ ਵਿੱਚ, ਛੋਟੇ ਜਿਹੇ ਉਪਰਾਲੇ ਵਿੱਚ ਹਾਜ਼ਰ ਹੋਏ ਹੋ, ਜਿਹਨੂੰ ਅਸੀਂ ਬਹੁਤ ਵੱਡੇ ਪੱਧਰ 'ਤੇ ਲਿਜਾਣਾ ਚਾਹੁੰਦੇ ਹੋ। ਅਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਅਗਰ ਤੁਹਾਡੀਆਂ ਇਸ ਕਾਂਸੀ ਟੀਵੀ ਦੀ ਪ੍ਰਮੋਸ਼ਨ ਵਾਸਤੇ ਕੋਈ ਸੇਵਾਵਾਂ ਦੀ ਲੋੜ ਪਈ ਤਾਂ ਸਾਡੀ ਕੌਮ ਨੂੰ, ਰਵਿਦਾਸੀਆ ਕੌਮ ਨੂੰ ਕਿਹੋ ਜਿਹਾ ਰਿਸਪੋਂਸ ਦਿਓਗੇ। ਮੈਂ ਆਪਣੇ ਖਾਲਿਦ ਮਹਿਮੂਦ ਜੀ ਨੂੰ ਬੇਨਤੀ ਕਰਦਾ ਕਿ ਅੱਜ ਦੇ ਸ਼ੁਭ ਮੌਕੇ ਦੇ ਉੱਤੇ, ਅੱਜ ਦੇ ਉਦਘਾਟਨ ਦੇ ਮੌਕੇ ਦੇ ਉੱਤੇ, ਕਾਂਸੀ ਟੀਵੀ ਜੋ ਅੱਜ ਉਦਘਾਟਨ, ਜੋ ਅੱਜ ਹੋਂਦ ਵਿੱਚ ਆਇਆ, ਔਰ ਬਿਜ਼ਨਸ ਟੀਵੀ ਨੇ ਸਾਨੂੰ ਸਹਾਰਾ ਦਿੱਤਾ, ਮੈਂ ਮਹਿਮੂਦ ਜੀ ਨੂੰ ਬੇਨਤੀ ਕਰਦਾ
ਕਿ ਉਹ ਆਪਣਾ ਸੰਦੇਸ਼ ਸਮੁੱਚੇ ਸੰਸਾਰ ਨੂੰ ਦੇਣ ਦੀ ਕਿਰਪਾਲਤਾ ਕਰਨ। ਬਹੁਤ ਧੰਨਵਾਦ ਜੀ ਹਰਬੰਸ ਸ਼ੌਂਕੀ ਲਾਲ ਜੀ ਸਾਹਿਬ ਔਰ ਆਪ ਸਭ ਦੀ ਜੋ ਇੱਥੇ ਆਏ ਹਨ। I would like to say a few words in English first and then I'll say a few words in Punjabi at the end. I think it's a hugely important venture, this TV setup that you've just got with Kanchi TV in conjunction with Venus TV. I want to thank Venus TV for the cooperation amongst all religious communities that they're providing. I think it's also very important to take forward with them this Ravidas community, which has worked extremely hard over the last 10 years being Member of Parliament. I worked with our Ravidas Gurukar in Handsworth. We've gone through lots of ups and downs, but the most important thing that has been is that the people from the community are able to practice their faith to the best and the freest of their ability. And that is what we provide in this country and in this community, and long may that continue. It's also very important the investment that the community, the Ravidas community, has made into this. This is not just for the current community, the Ravidas community, this is for the future generations. It's important that we have these sort of communication outlets through these TV networks for the younger generation as well as the older generation. So it's very important to pursue that. I know that there's been a huge investment by the community in this, and I congratulate that, and I congratulate everybody here today. I'll just say one thing I'll just say a small kalam from Bulle Shah. Chal Bulleya, chaliye utthe, jithe rende sare anne. Chal Bulleya, chaliye utthe, jithe rende sare anne. Na koi saadi zaat pachhane, ਤੇ ਨਾ ਕੋਈ ਸਾਨੂੰ ਮੰਨੇ। ਇਹ ਉਹਨਾਂ ਲੋਕਾਂ ਦੀ ਸੋਚ ਹੈ ਜਿਹੜੇ ਦੂਸਰੇ ਨੂੰ ਸਮਝਦੇ ਕਿ ਉਹ ਨੀਚੇ ਹਨ, ਉਹ ਆਪਣੀ ਨੀਚਦੀ ਨੂੰ ਛੁਪਾਉਣ ਵਾਸਤੇ ਹੋਰਨਾਂ ਨੂੰ ਨੀਚੇ ਸਮਝਦੇ ਨੇ। ਤੇ ਇਹ ਗੱਲਾਂ ਜਿਹੜੀਆਂ ਹਨ ਇਹ ਉਹਨਾਂ ਦੇ ਹੱਥ ਦੀਆਂ ਨਹੀਂ ਹਨ, ਇਹ ਉਸ ਅਲਾਦੀਅਨ ਜਿਹੜਾ ਸਾਰਿਆਂ ਨੂੰ ਇੱਥੇ ਬਣਾਇਆ, ਸਾਰਿਆਂ ਦੀ ਉਹਨਾਂ ਨੇ ਰੱਖਿਆ ਕਰਨੀ ਹੈ, ਉਹ ਕਰ ਰਹੇ ਨੇ। ਇਹ ਕਿਸੇ ਇਨਸਾਨ ਦੇ ਹੱਥ 'ਚ ਨਹੀਂ, ਕਿਸੇ ਕੌਮ ਦੇ ਹੱਥ 'ਚ ਨਹੀਂ, ਇਹ ਸਾਰਿਆਂ ਨੂੰ ਇਕੁਅਲ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਰਵਿਦਾਸ ਕਮਿਊਨਿਟੀ ਹੋਰ ਵੀ ਪ੍ਰੋਸਪਰਸ ਕਰੇ ਔਰ ਹੋਰ ਜ਼ਿਆਦਾ ਸਕਸੀਡ ਕਰੇ। ਥੈਂਕ ਯੂ ਜੀ। ਮੈਂ ਮਹਿਮੂਦ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜ੍ਹੇ ਹੀ ਸ਼ਬਦਾਂ ਦੇ ਵਿੱਚ ਸਮੁੱਚੀ ਰਵਿਦਾਸੀਆ ਕੌਮ ਨੂੰ ਐਪਰੀਸ਼ੀਏਟ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਕੰਛੀ ਟੀਵੀ ਦਾ ਜੋ ਅੱਜ ਪ੍ਰੋਗਰਾਮ ਚੱਲ ਰਿਹਾ, ਸਾਰੇ ਸੰਸਾਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਿਆ ਜਾ ਰਿਹਾ, ਔਰ ਅੱਜ ਜਿੰਨੀਆਂ ਵੀ ਅਸੀਂ ਗੱਲਾਂ ਕਰਾਂਗੇ, ਜੋ ਵੀ ਸਾਨੂੰ ਅੱਜ ਪ੍ਰਾਪਤ ਹੋਇਆ ਉਹਨਾਂ ਪ੍ਰਾਪਤੀਆਂ ਬਾਰੇ, ਔਰ ਜੋ ਗੁਰੂ ਸਾਹਿਬ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਔਰ ਉਹਨਾਂ ਬਖਸ਼ਿਸ਼ਾਂ ਦਾ ਕਰਜ਼ਾ ਚੁਕਾਉਣ ਵਾਸਤੇ ਮਹਾਰਾਜ ਜੀ ਦੇ ਅਸੀਂ ਗੁਣਗਾਨ ਕਰਾਂਗੇ। ਸੋ ਇਸ ਮੌਕੇ ਦੇ ਉੱਤੇ ਸਾਡੇ ਨਾਲ ਧਾਰਮਿਕ ਨੇਤਾ, ਸਮਾਜਿਕ ਨੇਤਾ, ਜੋ ਕਿ ਮੀਡੀਆ ਦੇ ਰਾਹੀਂ ਸਾਰੇ ਗਰੀਬਾਂ ਦੀਆਂ ਜਾਂ ਦੁਖੀ ਲੋਕਾਂ ਦੀਆਂ ਜਾਂ ਜਿਨ੍ਹਾਂ ਨੂੰ ਕੋਈ ਔਕੜ ਪੈਂਦੀ ਹੈ ਉਹਨਾਂ ਦੀਆਂ ਮੁਸੀਬਤਾਂ ਹੱਲ ਕਰਨ ਵਾਸਤੇ ਹਮੇਸ਼ਾ ਕੋਈ ਨਾ ਕੋਈ ਹੱਲ ਲੈ ਕੇ ਆਉਂਦੇ ਨੇ। ਔਰ ਨਿਰੰਕਾਰੀ ਮੰਡਲ ਵੱਲੋਂ ਜਿੱਥੇ ਇਹ ਸਾਰੇ ਸੰਸਾਰ ਦੇ ਵਿੱਚ ਵਿਚਰਦੇ ਨੇ, ਆਪਣਾ ਸੁਨੇਹਾ ਲੈ ਕੇ ਜਾਂਦੇ ਨੇ, ਉੱਥੇ ਜਦੋਂ ਇਹ ਸਤਸੰਗ ਫਰਮਾਉਂਦੇ ਨੇ
ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਦ੍ਰਿਸ਼ਟਾਂਤ ਆਪਣੇ ਸਤਸੰਗ ਰਾਹੀਂ ਤਾਂਹੀਓ ਦਿੰਦੇ ਨੇ ਕਿ ਗੁਰੂ ਰਵਿਦਾਸ ਮਹਾਰਾਜ ਦੀ ਹੈਸੀਅਤ, ਉਹਨਾਂ ਦੀ ਡਿਗਨਿਟੀ ਸਮੁੱਚੇ ਸੰਸਾਰ ਦੇ ਵਿੱਚ ਅਜਿਹੀ ਹੈ ਜਿਹਨੂੰ ਅੱਜ ਦੁਨੀਆ ਇੱਕ ਗਾਈਡਲਾਈਨ ਲੈ ਕੇ ਮੰਨ ਰਹੀ ਹੈ। ਔਰ ਕਿਤੇ ਵੀ ਕੋਈ ਸਤਸੰਗ ਹੁੰਦਾ ਹੋਵੇ, ਕਿਸੇ ਸਮਾਜ ਦਾ ਹੁੰਦਾ ਹੋਵੇ, ਦੁਨੀਆ ਦੇ ਕਿਸੇ ਕੋਨੇ ਵਿੱਚ ਹੋਵੇ, ਉੱਥੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੀਵਨੀ ਦੇ ਵਿੱਚੋਂ ਦ੍ਰਿਸ਼ਟਾਂਤ ਜ਼ਰੂਰ ਦਿੱਤਾ ਜਾਂਦਾ ਹੈ ਕਿ ਇਹਨਾਂ ਮਹਾਂਪੁਰਸ਼ਾਂ ਨੇ ਇਤਨੀ ਬੰਦਗੀ ਕੀਤੀ, ਇੰਨੇ ਕਸ਼ਟ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇੱਥੋਂ ਤੱਕ ਉਪਾਧੀ ਪ੍ਰਾਪਤ ਕੀਤੀ ਹੈ। ਮੈਂ ਨਿਰੰਕਾਰੀ ਮੰਡਲ ਦੇ ਕਰਤਾ ਧਰਤਾ ਹੈ ਸਾਡੇ ਉਪਾਸ਼ਕ ਜੀ, ਉਹਨਾਂ ਨੂੰ ਆਪਣੇ ਕੰਸ਼ ਟੀ ਵੀ ਵੱਲੋਂ, ਬੀਨਸ ਟੀ ਵੀ ਵੱਲੋਂ ਜੀ ਆਇਆਂ ਆਖਦਾ ਹਾਂ। ਔਰ ਇਸ ਸ਼ੁਭ ਮੌਕੇ ਦੇ ਉੱਤੇ ਉਪਾਸ਼ਕ ਜੀ ਨੂੰ ਬੇਨਤੀ ਕਰਦਾ ਕਿ ਅੱਜ ਰਵਿਦਾਸੀਆ ਮਿਸ਼ਨ ਉੱਭਰ ਕੇ ਸਾਹਮਣੇ ਆ ਰਿਹਾ ਤੇ ਤੁਸੀਂ ਸਤਸੰਗ ਕਰਦੇ ਹੋ, ਧਾਰਮਿਕ ਗੱਲਾਂ ਕਰਦੇ ਹੋ, ਤੇ ਰਵਿਦਾਸੀਆ ਧਰਮ ਵੀ ਧਾਰਮਿਕ ਗੱਲਾਂ ਕਰਨ ਵਾਸਤੇ ਹਾਜ਼ਰ ਹੋਇਆ ਟੀਵੀ ਦੇ ਉੱਤੇ, ਤੇ ਸਾਨੂੰ ਹੌਸਲਾ ਦੇਣ ਵਾਸਤੇ ਕਿਹੋ ਜਿਹਾ ਤੁਸੀਂ ਸਾਨੂੰ ਅੱਜ ਆਸ਼ੀਰਵਾਦ ਦੇ ਕੇ ਜਾਓਗੇ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ। ਅੱਜ ਇੱਕ ਇਤਿਹਾਸਕ ਦਿਨ ਹੈ। ਜਦੋਂ ਵੀ ਸੰਸਾਰ ਦੇ ਵਿੱਚ ਮਹਾਂਪੁਰਸ਼ ਪ੍ਰਗਟ ਹੁੰਦੇ ਨੇ, ਉਹ ਕਿਸੇ ਇੱਕ ਖਿੱਤੇ ਲਈ ਨਹੀਂ ਹੁੰਦੇ, ਕਿਸੇ ਇੱਕ ਕੌਮ ਲਈ ਨਹੀਂ ਹੁੰਦੇ, ਉਹ ਸਾਰੀ ਦੁਨੀਆ ਲਈ ਹੁੰਦੇ ਹਨ। ਔਰ ਤੁਸੀਂ ਅੱਜ ਜੋ ਉਪਰਾਲਾ ਕੀਤਾ ਹੈ, ਕਿਉਂਕਿ ਮੀਡੀਆ ਦਾ ਜ਼ਮਾਨਾ ਹੈ, ਇੰਟਰਨੈਟ ਹੈ, ਸੰਸਾਰ ਇੱਕ ਗਲੋਬਲ ਵਿਲੇਜ ਜਿਹਾ ਬਣ ਕੇ ਰਹਿ ਗਿਆ, ਇਸ ਵਾਸਤੇ ਜੋ ਉਪਰਾਲਾ ਹੈ ਇਤਿਹਾਸ ਵਿੱਚ ਇੱਕ ਐਸਾ ਤੁਸੀਂ ਕਦਮ ਚੁੱਕਿਆ ਜਿਹੜਾ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ। ਕਿਉਂਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜ਼ਰੂਰਤ ਕੇਵਲ ਰਵਿਦਾਸ ਕਮਿਊਨਿਟੀ ਨੂੰ ਨਹੀਂ ਹੈ, ਸਾਰੀ ਦੁਨੀਆ ਨੂੰ ਹੈ। ਸਾਡੇ ਵਿੱਚੋਂ ਜਿਹੜਾ ਵੀ ਕਿ ਹਰ ਸਿਉਂ ਹੀਰਾ ਛੱਡ ਕੇ ਕਰੇ ਆਨ ਕੀ ਆਸ, ਸੇ ਨਰ ਦੋਜਖ ਜਾਏਗੇ ਸਤ ਪਾਖੇ ਰਵਿਦਾਸ। ਇਹ ਸੰਦੇਸ਼ ਸਾਰੀ ਦੁਨੀਆ ਲਈ ਹੈ। ਅਤੇ ਅੱਜ ਤੁਸੀਂ ਇੱਕ ਛੋਟੇ ਦਾਇਰਿਆਂ ਦੇ ਵਿੱਚੋਂ ਨਿਕਲ ਗਏ ਅਤੇ ਦੁਨੀਆ ਦੇ ਵਿੱਚ ਇਹ ਮੈਸੇਜ ਦੇ ਰਹੇ ਹੋ, ਗੁਰੂ ਰਵਿਦਾਸ ਜੀ ਮਹਾਰਾਜ ਦੀ ਸਿੱਖਿਆ ਨੂੰ ਦੁਨੀਆ ਭਰ ਵਿੱਚ ਪ੍ਰਗਟ ਕਰ ਰਹੇ ਹੋ। ਇਸ ਚੀਜ਼ ਦੀ ਅੱਜ ਜ਼ਰੂਰਤ ਹੈ। ਸਾਡੇ ਮੈਂਬਰ ਪਾਰਲੀਮੈਂਟ ਨਾਲ ਬੈਠੇ ਨੇ, ਹੁਣੇ ਤੁਹਾਨੂੰ ਇੰਟਰੋਡਿਊਸ ਕੀਤੇ ਜਾਣਗੇ, ਭਾਰਤ ਸਰਕਾਰ ਦੇ ਪ੍ਰਤੀਨਿਧੀ ਵੀ। ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਅਗਸਤ ਦੇ ਵਿੱਚ ਸ਼ੁਰੂ ਵਿੱਚ ਜੋ ਬਰਮਿੰਗਮ ਅਤੇ ਇੰਗਲੈਂਡ ਦੇ ਹੋਰ ਸ਼ਹਿਰਾਂ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਵਾਪਰਿਆ ਸੀ, ਉਹਦਾ ਕਾਰਨ ਇੱਕੋ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਜੋ ਹੈ ਉਹ ਸ਼੍ਰੀ ਗੁਰੂ ਰਵਿਦਾਸ ਜੀ ਔਰ ਹਜ਼ੂਰ ਮੁਹੰਮਦ ਸਾਹਿਬ ਔਰ ਜਿਤਨੇ ਪੀਰ ਪੈਗੰਬਰ ਹੋਏ ਨੇ ਉਹਨਾਂ ਦੀ ਸਿੱਖਿਆ ਨੂੰ, ਉਹਨਾਂ ਦੀ ਟੀਚਿੰਗ ਨੂੰ ਭੁੱਲ ਚੁੱਕੀ ਹੈ। ਅੱਜ ਜ਼ਰੂਰਤ ਹੈ ਸਾਡੇ ਆਪਣੇ ਬੱਚੇ, ਰਵਿਦਾਸ ਕੌਮ ਦੇ ਬੱਚੇ ਔਰ ਸਾਰੀ ਦੁਨੀਆ ਦੇ ਬੱਚਿਆਂ ਤਾਂ ਹੀ ਇਹ ਗੱਲ ਪਹੁੰਚਾਈ ਜਾਏ ਕਿ ਕਹੇ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਇਹ ਹਰ ਇੱਕ ਦੇ ਹਿੱਸੇ ਵਿੱਚ ਇਹ ਉਪਦੇਸ਼ ਆਉਂਦਾ, ਅਸੀਂ ਸਾਰੇ ਇਸ ਤੋਂ ਲਾਭ ਪ੍ਰਾਪਤ ਕਰ ਸਕਦੇ ਹਾਂ। ਅੱਜ ਜਿੱਥੇ ਇੰਨਾ ਵੱਡਾ ਉਪਰਾਲਾ ਕੀਤਾ ਹੈ, ਅਸੀਂ ਸਾਰੇ ਅਰਦਾਸ ਕਰੀਏ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸ਼੍ਰੀ ਚਰਨਾਂ 'ਚ ਔਰ ਜਿਤਨੇ ਸੰਤ ਮਹਾਂਪੁਰਸ਼ ਨੇ ਇਸ ਵੇਲੇ ਦੇ ਪਹਿਲਾਂ ਹੋ ਚੁੱਕੇ, ਬੁੱਲੇ ਸ਼ਾਹ ਦੀਆਂ ਵੀ ਗੱਲਾਂ ਤੁਸੀਂ ਸੁਣੀਆਂ, ਅਸੀਂ ਸਾਰਿਆਂ ਪ੍ਰਤੀ ਅਰਦਾਸ ਆਦਰ ਕਰਦੇ ਹੋਏ ਕਰੀਏ ਕਿ ਅੱਜ ਸ਼੍ਰੀ ਗੁਰੂ ਰਵਿਦਾਸ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਣ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਸਕੀਏ ਔਰ ਉਹਨਾਂ ਦੇ ਨਾਮ ਨੂੰ ਆਪਣੇ ਜੀਵਨ ਦੇ ਨਾਲ ਚਮਕਦੇ ਹੋਏ ਸਿਤਾਰੇ ਵਾਂਗ ਰੋਸ਼ਨ ਕਰੀਏ। ਮੈਂ ਇੱਕ ਵਾਰੀ ਫਿਰ
ਸਾਰੀ ਹੀ ਕੌਮ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ। ਔਰ ਨਾਲ ਹੀ ਇਹ ਉਪਰਾਲਾ ਸ਼ੁਰੂ ਹੋ ਗਿਆ, ਅਜੇ ਬੜੀਆਂ ਪਲਾਂਘਾਂ ਹੋਰ ਪੁੱਟਣੀਆਂ ਨੇ, ਅਜੇ ਬੜੀਆਂ ਹੋਰ ਜ਼ਰੂਰਤਾਂ ਹਨ। ਸੰਸਾਰ ਭਰ ਦੇ ਵਿੱਚੋਂ ਪ੍ਰੈਜੂਡਿਸ ਖਤਮ ਕਰਨਾ ਹੈ। ਸੰਸਾਰ ਭਰ ਦੇ ਵਿੱਚੋਂ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਅਤੇ ਕਾਨੂੰਨ ਆਪਣੇ ਕੰਮ ਕਰਨ, ਉਹ ਵੀ ਬਦਲਣ ਕਿ ਕਿਸੇ ਕਿਸਮ ਦਾ ਵੀ ਪ੍ਰੈਜੂਡਿਸ ਡਿਸਕ੍ਰਿਮੀਨੇਸ਼ਨ ਨਾ ਹੋਵੇ। ਲੇਕਿਨ ਤੁਸੀਂ ਗੁਰੂ ਰਵਿਦਾਸ ਜੀ ਦੇ ਜੀਵਨ ਨੂੰ ਔਰ ਉਹਨਾਂ ਦੀ ਸਿੱਖਿਆ ਨਾਲ ਲੋਕਾਂ ਦੇ ਦਿਲਾਂ ਨੂੰ ਬਦਲ ਦੇਣਾ, ਤਾਂ ਕਿ ਚਾਹੇ ਇਹ ਲੋਕ ਹੋਵੇ ਚਾਹੇ ਪਰਲੋਕ ਹੋਵੇ, ਕਿਤੇ ਵੀ ਭੇਦਭਾਵ ਨਾ ਹੋਏ ਔਰ ਸਾਰੇ ਮਾਨਸ ਕੀ ਜਾਤ ਸਭੇ ਕੇ ਪਹਿਚਾਨਵੋ ਦੇ ਸੰਦੇਸ਼ ਨਾਲ ਜੀਵਨ ਜੀਣ ਔਰ ਨਾਮ ਸਿਮਰਨ ਕਰਨ, ਰੱਬ ਨੂੰ ਯਾਦ ਕਰਨ। ਇੱਕ ਵਾਰੀ ਫਿਰ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਵੱਲੋਂ, ਸੰਤ ਨਿਰੰਕਾਰੀ ਮਿਸ਼ਨ ਵੱਲੋਂ, ਅਸੀਂ ਤੁਹਾਡੇ ਹਾਂ ਅਤੇ ਤੁਸੀਂ ਸਾਡੇ ਹੋ, ਕੋਈ ਅੰਤਰ ਨਹੀਂ ਹੈ। ਜਿੱਥੇ ਜਿੱਥੇ ਵੀ ਸੇਵਾ ਤੁਸੀਂ ਬਖਸ਼ੋਗੇ, ਨਾਲ ਕੰਧੇ ਨਾਲ ਕੰਧਾ ਜੋੜ ਕੇ, ਇਹ ਵੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ, ਬਾਬਾ ਹਰਦੇਵ ਜੀ ਮਹਾਰਾਜ ਨੇ, ਉਹਨਾਂ ਨੇ ਹੀ ਸ਼ਕਤੀ ਦੇਣੀ ਹੈ। ਅਸੀਂ ਸਾਰੀ ਦੁਨੀਆਂ ਨੂੰ ਇੱਕ ਕਰਨਾ ਹੈ, ਸਾਰੇ ਪਾਸੇ ਜਿਹੜਾ ਇੱਕ ਝੰਡਾ ਵੱਲਲਾ ਨੂਰ ਪਾਇਆ ਕੁਦਰਤ ਦੇ ਸੰਬੰਧ ਦੇ, ਉਹ ਫੈਲਾਉਣਾ ਹੈ। ਜਿਸ ਤਰ੍ਹਾਂ ਸ਼ੌਂਕੀ ਸਾਹਿਬ ਨੇ ਕਿਹਾ, ਨਾਮ ਨੂੰ ਪਹਿਲੂ ਬਣਾ ਕੇ, ਨਾਮ ਨੂੰ ਜਾਣ ਕੇ। ਤੋ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਮਹਾਰਾਜ ਕਿਰਪਾ ਕਰਨ, ਇਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਉਹ ਪਾਤਸ਼ਾਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਸਾਰੇ ਪ੍ਰਦੇਸ਼ਾਂ ਵਿੱਚ ਆ ਕੇ ਬੈਠੇ ਹਾਂ। ਸਾਡੇ ਪਿੱਛੇ ਜੋ ਕੁਛ ਵੀ ਹੈ, ਭਾਵੇਂ ਅਸੀਂ ਇੱਥੇ ਬੈਠੇ ਹਾਂ, ਲੇਕਿਨ ਸਾਡਾ ਦਿਲ ਆਪਣੇ ਭਾਰਤ ਵਿੱਚ ਹੈ, ਆਪਣੇ ਉਹਨਾਂ ਭੈਣਾਂ ਭਰਾਵਾਂ ਦੇ ਵਿੱਚ ਹੈ। ਭਾਵੇਂ ਅਸੀਂ ਪੰਜਾਬ 'ਚ ਵੱਸਦੇ ਹਾਂ, ਭਾਵੇਂ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹਾਂ, ਔਰ ਹਮੇਸ਼ਾ ਹੀ ਅਸੀਂ ਉਹਨਾਂ ਦੀਆਂ ਸੇਵਾਵਾਂ ਵਾਸਤੇ, ਦੇਸ਼ ਦੀਆਂ ਸੇਵਾਵਾਂ ਵਾਸਤੇ ਤਤਪਰ ਰਹਿੰਦੇ ਹਾਂ। ਵੀ ਜਦੋਂ ਵੀ ਉੱਥੇ ਕੋਈ ਪ੍ਰੋਬਲਮ ਹੋਵੇ ਅਤੇ ਇੰਗਲੈਂਡ ਦੀਆਂ ਸੰਗਤਾਂ, ਬਾਹਰਲੀਆਂ ਸੰਗਤਾਂ, ਬਾਹਰਲੀ ਰਵਦਾਸੀਆ ਕੌਮ ਹਮੇਸ਼ਾ ਹੀ ਉਹਨਾਂ ਮੁਸੀਬਤਾਂ ਦੇ ਵਿੱਚ ਆਪਣਾ ਲੋੜੀਂਦਾ ਯੋਗਦਾਨ ਪਾਉਂਦੀ ਹੈ, ਕਿਉਂਕਿ ਸਾਡੀ ਜਿਹੜੀ ਜਨਮ ਭੂਮੀ ਹੈ ਉਹ ਭਾਰਤ ਹੈ। ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ ਔਰ ਕਰਦੇ ਰਹਾਂਗੇ, ਕਰਦੇ ਆਏ ਹਾਂ। ਔਰ ਉੱਥੇ ਇੰਨੇ ਧਰਮ ਹੁੰਦਿਆਂ ਹੋਇਆਂ ਵੀ ਅੱਜ ਗੁਰੂ ਰਵਿਦਾਸ ਸਮਾਜ ਦਾ ਮਿਸ਼ਨ ਦੁਨੀਆ ਦੇ ਕੋਨੇ ਕੋਨੇ ਵਿੱਚ ਇੰਨਾ ਵੱਧ ਚੁੱਕਾ ਹੈ, ਇਕੱਲੀ ਇਕੱਲੀ ਜੀਵ ਦੇ ਉੱਤੇ, ਇਕੱਲੀ ਇਕੱਲੀ ਗਲੀ ਦੇ ਵਿੱਚ, ਇਕੱਲੇ ਇਕੱਲੇ ਕੋਨੇ ਦੇ ਵਿੱਚ ਗੁਰੂ ਰਵਿਦਾਸ ਸਮਾਜ ਦੇ ਜੈਕਾਰੇ, ਗੁਰੂ ਰਵਿਦਾਸ ਸਮਾਜ ਦੇ ਗੀਤ, ਗੁਰੂ ਰਵਿਦਾਸ ਸਮਾਜ ਦੀਆਂ ਫਿਲਮਾਂ, ਗੁਰੂ ਰਵਿਦਾਸ ਸਮਾਜ ਦੀਆਂ ਸੀਡੀਆਂ ਗੂੰਜ ਰਹੀਆਂ ਨੇ। ਮੈਂ ਇੱਕ ਬੇਨਤੀ ਅੱਜ ਜੋ ਕਿ ਹਿੰਦੁਸਤਾਨ ਤੋਂ, ਭਾਰਤ ਤੋਂ ਬਾਹਰ ਆਏ ਹੋਏ ਲੋਕਾਂ ਦੀਆਂ ਮੁਸੀਬਤਾਂ ਔਰ ਇਹਨਾਂ ਨੂੰ ਭਾਰਤ ਦੇ ਨਾਲ ਜੋੜਨ ਵਾਸਤੇ ਜਿਹੜਾ ਸਾਡਾ ਵਿਚੋਲਗਿਰੀ ਦਾ ਕੰਮ ਕਰਦੇ ਨੇ, ਉਹ ਹੈ ਸਾਡੇ ਇੰਡੀਆ ਹਾਊਸ ਤੋਂ ਹਾਈ ਕਮਿਸ਼ਨਰ ਸਾਹਿਬ, ਹਾਈ ਕਮਿਸ਼ਨਰ ਤੋਂ ਬਾਅਦ ਸਾਡੇ ਜਿੰਨੇ ਵੀ ਇੱਥੋਂ ਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਕੌਂਸਲਟ ਜਨਰਲ ਨੇ, ਉਹਨਾਂ ਦੇ ਨਾਲ ਜਿੰਨਾ ਸਹਿਯੋਗੀ ਅਮਲਾ ਆਫਿਸਰ ਆਏ ਹੋਏ ਨੇ, ਉਹ ਹਮੇਸ਼ਾ ਹੀ ਇੱਥੇ ਸਾਰੇ ਗੁਰਦੁਆਰਿਆਂ, ਮੰਦਰਾਂ, ਧਰਮਾਂ, ਸਮਾਜਾਂ ਦੇ ਵਿੱਚ ਜਾਂਦੇ ਨੇ। ਅੱਜ ਅਸੀਂ ਖੁਸ਼ਕਿਸਮਤ ਹਾਂ ਕਿ ਅੱਜ ਇਹੋ ਜਿਹਾ ਪੌਂਖਾ ਹਿੰਦੁਸਤਾਨ ਭਾਰਤ ਦੀ ਗੌਰਮੈਂਟ ਵੱਲੋਂ ਸਾਡੇ ਕੋਲ ਲੈ ਕੇ ਆਏ ਨੇ ਆਰ ਕੇ ਸ਼ਰਮਾ ਜੀ, ਜਿਹੜੇ ਕਿ ਬਰਮਿੰਘਮ ਦੇ ਵਿੱਚ ਕੌਂਸਲੇਟ ਜਨਰਲ ਬਰਮਿੰਘਮ ਦੇ ਵਿੱਚ ਵੀਜ਼ਾ ਕੌਂਸਲ ਦੇ, ਵੀਜ਼ਾ ਸੈਕਸ਼ਨ ਦੇ ਇੰਚਾਰਜ ਨੇ। ਔਰ ਮੈਂ ਪਹਿਲੇ ਵੀ ਬੇਨਤੀ ਕੀਤੀ ਹੈ
ਕਿ ਜੇਕਰ ਇਹਨਾਂ ਨੂੰ ਤਰੱਕੀ ਮਿਲੀ ਆ ਤੇ ਅੱਜ ਇਹ ਪੌਂਖਾ ਲੈ ਕੇ ਆਏ ਆ ਤਰੱਕੀ ਦਾ, ਵੀ ਸਾਡਾ ਕਾਂਛੀ ਟੀਵੀ ਵੀ ਤੇ ਰਵਿਦਾਸੀਆ ਕੌਮ ਵੀ ਤਰੱਕੀ ਕਰੇ, ਤੇ ਮੈਂ ਜੇਕਰ ਤੁਹਾਨੂੰ ਤਰੱਕੀ ਮਿਲੀ ਆ ਸ਼ਰਮਾ ਜੀ ਤੇ ਸਾਡੀ ਤਰੱਕੀ ਵਾਸਤੇ ਕਿਹੋ ਜਿਹੀਆਂ ਬੇਨਤੀਆਂ ਕਰੋਗੇ? ਜੈ ਗੁਰਦੇਵ ਜੀ, ਜੈ ਗੁਰਦੇਵ ਜੀ ਕੀ। ਵੈਲਕਮ ਟੂ ਐਵਰੀਬਾਡੀ, ਸ੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਐਂਡ ਡੀਅਰ ਵਿਊਅਰਸ, ਇਟ ਇਜ਼ ਮਾਈ ਪਲੇਜ਼ਰ ਟੂ ਬੀ ਹੇਅਰ ਟੂਡੇ ਔਨ ਦੀ ਓਕੇਜ਼ਨ ਆਫ ਦੀ ਲਾਂਚ ਆਫ ਰਵਿਦਾਸੀਆ ਕਮਿਊਨਿਟੀਜ਼ ਫਸਟ ਟੈਲੀਵਿਜ਼ਨ ਸਟੂਡੀਓ ਇਨ ਦੀ UK. Many thanks for the invitation extended to Consul General of India in Birmingham, Mr. C. Guru Raj Rao, to the launch of your studio. Since he could not be present, he sends his warmest greetings to all of you on this occasion. I also convey my best wishes on this auspicious occasion. Sri Guru Ravidas Ji's message of universal brotherhood and tolerance is very much relevant even today, and his message of love, compassion and equality inspires us to serve humanity with dedication and devotion. The saint led a life of faith and devotion and dedicated himself to the cause of the poor irrespective of caste, creed and religion. Sri Guru Ravidas Ji embodied the spirit of humility and human dignity. His life, a lesson of simplicity and honesty, is an inspiration to work for equality and fraternity. Revered by one and all, the compositions of Sri Guru Ravidas Ji have been a source of knowledge and wisdom to everyone, everywhere. Community channels are reliant on the dedication and commitment of hardworking employees, volunteers, and the continued support of the community. Now, I would like to say only a few words. I would like to conclude by saying congratulations to everyone here who have worked hard to bring Ravidasia community's first television studio in the United Kingdom together, and a big thank you to everyone who has made it possible. Thank you very much. Jai Guru Ravidas. ਸ਼ਰਮਾ ਜੀ, ਉਪਾਸ਼ਕ ਜੀ, ਮਹਿਮੂਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਹੁਣ ਜਿੰਨੇ ਵੀ ਵਿਚਾਰ ਸੁਣੇ ਆ ਔਰ ਵਿਚਾਰਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਵਾਸਤੇ ਥੋੜ੍ਹਾ ਜਿਹਾ ਸਮਾਂ ਤਾਂ ਲੱਗਣਾ ਹੀ ਆ, ਅਤੇ ਸਮਾਂ ਲਾਉਣ ਵਾਸਤੇ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਆਪਣਾ ਜਿਹੜੀ ਦਿਲਾਂ ਦੀਆਂ ਗੱਲਾਂ, ਜਿੰਨੀ ਸੰਗਤ ਇੱਥੇ ਬੈਠੀ ਆ ਜਾਂ ਜਿੰਨੀਆਂ ਸੰਗਤਾਂ, ਜੇ ਇੱਥੇ ਨਹੀਂ ਸਟੂਡੀਓ ਦੇ ਵਿੱਚ ਜਿੰਨੀ ਕੁ ਜਗ੍ਹਾ ਹੈ, ਫਿਰ ਵੀ ਕਾਫੀ ਪਤਵੰਤੇ ਬੈਠੇ ਨੇ ਜਿਹੜੀ ਕਿ ਕੌਮ ਦੀ ਕਰੀਮ ਹੈ, ਜਿਨ੍ਹਾਂ ਨੇ ਹਰ ਪੱਖ ਦੇ ਵਿੱਚ, ਹਰ ਖੇਤਰ ਵਿੱਚ ਗੁਰੂ ਰਵਿਦਾਸ ਮਾਈ ਦਾ ਨਾਮ ਉਜਾਲਾ, ਪਵਿੱਤਰ, ਉੱਚਾ ਕਰਨ ਵਾਸਤੇ ਹਰ ਧਰਮ ਨਾਲ ਘਾਲਣਾਵਾਂ ਕੀਤੀਆਂ ਨੇ। ਅਸੀਂ ਫਿਰ ਸਾਰਿਆਂ ਨੂੰ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਵੱਲੋਂ ਸਾਰਿਆਂ ਜੀ ਆਖਦੇ ਹਾਂ। ਮੈਂ ਆਪਣੇ ਇੰਟਰਨੈਸ਼ਨਲ ਗੁਰੂ ਰਵਿਦਾਸ ਮਿਸ਼ਨ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਸਾਡੇ ਪਤਵੰਤੇ ਆਏ ਨੇ, ਸਾਨੂੰ ਆਸ਼ੀਰਵਾਦਾਂ ਦੇ ਕੇ ਜਾ ਰਹੇ ਨੇ, ਸਾਨੂੰ ਵਧਾਈਆਂ ਦੇ ਕੇ ਜਾ ਰਹੇ ਨੇ, ਅਸੀਂ ਵੀ ਚਾਹੁੰਦੇ ਹਾਂ ਕਿ ਜੇ ਸਾਨੂੰ ਇੰਨੀਆਂ ਬਡਬੋਲੀਆਂ ਵਧਾਈਆਂ ਦਿੱਤੀਆਂ ਤਾਂ ਅਸੀਂ ਵੀ ਇਹਨਾਂ ਨੂੰ ਖਾਲੀ ਨਾ ਤੋਰੀਏ। ਸੋ ਅਸੀਂ ਚਾਹੁੰਦੇ ਹਾਂ ਵੀ ਜੋ ਸਾਨੂੰ ਇਹਨਾਂ ਨੇ ਪਿਆਰ ਬਖਸ਼ਿਸ਼ ਕੀਤਾ, ਉਸ ਅਫਜ਼ਾਨੇ ਵਗੋਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਔਰ ਰਵਿਦਾਸੀਆ ਕਮਿਊਨਿਟੀ ਵੱਲੋਂ
ਤਾਂ ਕਿ ਆਪਣੇ ਹਿਰਦੇ ਦੇ ਵਿੱਚ ਸਾਡਾ ਪਿਆਰ ਬਣਾਈ ਰੱਖਣ। ਅਸੀਂ ਇਹਨਾਂ ਸਾਰੇ ਡਿਗਨਿਟਰੀ ਦਾ ਸਤਿਕਾਰ ਕਰਾਂਗੇ। ਸਤਿਕਾਰ ਕਰਨ ਤੋਂ ਪਹਿਲਾਂ ਆਪਾਂ ਚੰਦ ਕੁ ਮਿੰਟਾਂ ਵਾਸਤੇ ਜਿੰਨੀਆਂ ਪਹਿਲੀਆਂ ਗੱਲਾਂ ਉਹਨਾਂ ਨੂੰ ਪਹਿਲੇ ਹਿਰਦੇ 'ਚ ਵਸਾ ਕੇ ਉਹਨਾਂ ਨੂੰ ਚੇਤੇ ਕਰ ਲਈਏ। ਜਿੰਨਾ ਚਿਰ ਆਪਾਂ ਚੇਤੇ ਕਰਦੇ ਹਾਂ ਉਨ੍ਹਾਂ ਚਿਰ ਜਿਹੜੀਆਂ ਸੰਗਤਾਂ ਸਾਹਮਣੇ ਬੈਠੀਆਂ, ਜਿੰਨੇ ਲੋਕ, ਜਿੰਨੇ ਦਰਸ਼ਕ, ਜਿੰਨੇ ਪਿਆਰੇ, ਜਿੰਨੇ ਗੁਰੂ ਦੇ ਸ਼ਰਧਾਲੂ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਉਹ ਆਪਣੇ ਪਿਆਰ ਨੂੰ ਇਸ ਤਰੀਕੇ ਨਾਲ ਬਣਾਈ ਰੱਖਣ ਅਤੇ ਆਪਾਂ ਤੁਹਾਡੇ ਕੋਲ ਫਿਰ ਹਾਜ਼ਰ ਹੁੰਦੇ ਹਾਂ ਇਹ ਗੁਰੂ ਰਵਿਦਾਸ ਸਮਾਜ ਦੀ ਸੋਹਣੀ ਜੀ ਮੂਰਤ ਲੈ ਕੇ ਫਿਰ ਆਪ ਜੀ ਦੇ ਸਾਹਮਣੇ। ਧੰਨਵਾਦ ਜੀ। ਮੈਂ ਫਿਰ ਬ੍ਰੇਕ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਅਤੇ ਫਿਰ ਤੁਹਾਡਾ ਉਹੀ ਚਿੱਤ, ਉਹੀ ਪਿਆਰ, ਉਹੀ ਸ਼ਰਧਾ, ਉਹੀ ਦਿਲ ਗੁਰੂ ਮਹਾਰਾਜ ਦੇ ਨਾਲ ਜੋੜਨ ਵਾਸਤੇ ਉਪਰਾਲਾ ਕਰ ਰਿਹਾ ਹਾਂ। ਇਸ ਵੇਲੇ ਸਟੂਡੀਓ ਦੇ ਵਿੱਚ ਮੇਰੇ ਨਾਲ ਨਵੇਂ ਪਤਵੰਤੇ ਹਾਜ਼ਰ ਹੋਏ ਨੇ, ਭਾਵੇਂ ਕਿ ਰਵਿਦਾਸੀਆ ਕੌਮ ਦੇ ਵਿੱਚੋਂ 94 ਪਤਵੰਤਿਆਂ ਨੂੰ ਇਕੱਠਾ ਕਰਨਾ ਚਾਹੀਏ ਅਤੇ ਅੱਜ ਦੀ ਡੇਟ ਵਿੱਚ ਜਿਹੜਾ ਮੌਕਾ ਕਦੀ ਸਾਨੂੰ ਨਹੀਂ ਸੀ ਮਿਲਿਆ, ਅੱਜ ਰਵਿਦਾਸੀਆ ਕੌਮ ਦੇ ਵਿੱਚੋਂ ਹਰ ਪਤਵੰਤਾ ਸੱਜਣ ਬਣ ਰਿਹਾ, ਕਿਉਂਕਿ ਗਿਆਨ ਪ੍ਰਾਪਤ ਹੋ ਰਿਹਾ, ਸੋਝੀ ਆ ਰਹੀ ਹੈ, ਐਜੂਕੇਸ਼ਨ ਆ ਰਹੀ ਹੈ, ਅਸੀਂ ਆਪਣੇ ਗੁਰੂ ਦੀ ਫਿਲੋਸਫੀ ਨੂੰ ਸਮਝ ਰਹੇ ਹਾਂ, ਆਪਣੇ ਕੌਮ ਦੇ ਦਰਦ ਨੂੰ ਸਮਝ ਰਹੇ ਹਾਂ। ਕੌਮ ਦੇ ਦਰਦੀਆਂ ਨੂੰ, ਕੌਮ ਦੇ ਪਿਆਰਿਆਂ ਨੂੰ, ਗੁਰੂ ਦੇ ਸ਼ਰਧਾਲੂਆਂ ਨੂੰ ਮੇਰਾ ਹਮੇਸ਼ਾ ਵਾਸਤੇ ਨਮਸਕਾਰ, ਹਮੇਸ਼ਾ ਹੀ ਜੈ ਗੁਰਦੇਵ। ਇਸ ਵੇਲੇ ਮੇਰੇ ਨਾਲ ਹਾਜ਼ਰ ਹੋਏ ਨੇ ਹੰਸਰਾਜ ਬੰਗਾ ਜੀ, ਜਿਹੜੇ ਕਿ ਗੁਰੂ ਰਵਿਦਾਸ ਮਾਈ ਦੀ ਦਇਆ ਦਾ ਸਦਕਾ ਹੈ, ਰਵਿਦਾਸੀਆ ਕੌਮ 'ਚੋਂ ਉੱਘੇ ਬਿਜ਼ਨਸਮੈਨ ਹਨ ਔਰ ਇਹਨਾਂ ਦੀਆਂ ਸੇਵਾਵਾਂ ਨੂੰ ਅਗਰ ਉਂਗਲਾਂ 'ਤੇ ਗਿਣ ਲੱਗਾਂ ਤਾਂ ਮੇਰੇ ਲਈ ਔਖਾ ਹੋਏਗਾ, ਪਰ ਫਿਰ ਵੀ ਛੋਟੀ ਜਿਹੀ ਗੱਲ ਕਹਿ ਜਾਵਾਂ। ਜਦੋਂ ਗੁਰੂ ਦਾ ਸ਼ਰਧਾਲੂ ਆਪਣੀ ਸ਼ਰਧਾ ਲੈ ਕੇ ਤਨ, ਮਨ, ਧਨ ਗੁਰੂ ਦੇ ਚਰਨਾਂ ਵਿੱਚ ਅਰਪਿਤ ਹੋ ਜਾਵੇ, ਸਮਰਪਿਤ, ਅੱਜ ਇਹਨਾਂ ਨੇ ਇਹੋ ਜਿਹਾ ਚੰਗਾ ਕੰਮ ਸ਼ੁਰੂ ਕੀਤਾ ਹੈ, ਤੁਹਾਨੂੰ ਨਿਰਭੈ ਹੋ ਕੇ, ਨਿਡਰ ਹੋ ਕੇ, ਨਿਝੱਕ ਹੋ ਕੇ, ਗੁਰੂ ਦੇ ਪਿਆਰੇ ਹੋ ਕੇ ਅਗਾਂਹ ਪਲਾਂਘਾ ਪੱਟ ਕੇ ਤੁਰਨਾ ਔਰ ਸੰਗਤ ਤੁਹਾਡੇ ਨਾਲ ਹਮੇਸ਼ਾ ਰਹੇਗੀ। ਜਦੋਂ ਅਸੀਂ ਚੰਗੇ ਕੰਮ ਕਰਾਂਗੇ ਅਤੇ ਸੰਗਤ ਜੋ ਕੰਮ ਚਾਹੁੰਦੀ ਆ ਉਹਦੇ ਮੁਤਾਬਕ ਕਰਾਂਗੇ ਤਾਂ ਸੰਗਤ ਤੁਹਾਡੇ ਨਾਲ ਹੋਏਗੀ। ਮੇਰੇ ਨਾਲ ਹੋਰ ਬੈਠੇ ਨੇ ਸਟੂਡੀਓ ਦੇ ਵਿੱਚ ਨਿਰਮਲ ਦਾਸ ਮਹੇ ਜੀ, ਜਿਨ੍ਹਾਂ ਦੀਆਂ ਸੇਵਾਵਾਂ ਜਦੋਂ ਤੋਂ ਪਰਦੇਸੀ ਬਣ ਕੇ ਅਸੀਂ ਇੰਗਲੈਂਡ ਵਿੱਚ ਆਏ ਹਾਂ ਗੁਰੂ ਰਵਿਦਾਸ ਸਮਾਜ ਦੇ ਮਿਸ਼ਨ ਪ੍ਰਤੀ, ਔਰ ਇਹਨਾਂ ਦੀਆਂ ਕਾਫੀ ਸੇਵਾਵਾਂ ਨੇ ਔਰ ਗੁਰੂ ਰਵਿਦਾਸ ਸਮਾਜ ਦੇ ਦਰਬਾਰ ਦੇ ਨਾਲ ਜੁੜੇ ਹੋਏ ਨੇ, ਮਹਾਂਪੁਰਸ਼ਾਂ ਦੇ ਨਾਲ ਜੁੜੇ ਹੋਏ ਨੇ, ਇਹਨਾਂ ਨੂੰ ਵੀ ਜੀ ਆਇਆਂ ਆਖਦਾ ਹਾਂ, ਇਹਨਾਂ ਦਾ ਧੰਨਵਾਦ ਹਾਂ ਔਰ ਨਾਲ ਨਾਲ ਬੇਨਤੀ ਕਰਦੇ ਹਾਂ ਇਹ ਦਾਸ ਦੇ ਨਾਲ ਕਾਂਛੀ ਟੀਵੀ ਦੇ ਉੱਤੇ ਬੀਨਿਸ ਚੈਨਲ ਦੇ ਉੱਤੇ ਜਾ ਕੇ ਦਾਸ ਵਾਂਗੂ ਹੀ ਸੇਵਾ ਨਿਭਾਉਂਦੇ ਨੇ ਔਰ ਆਸ ਕਰਦਾ ਅੱਗੇ ਤੋਂ ਵੀ ਆਪਣੀ ਸੇਵਾ ਇਸੇ ਤਰੀਕੇ ਨਾਲ ਨਿਭਾਉਂਦੇ ਰਹਿਣਗੇ ਔਰ ਆਪਣਾ ਸੁਨੇਹਾ ਸੰਗਤ ਨੂੰ ਦਿੰਦੇ ਰਹਿਣਗੇ। ਔਰ ਨਾਲ ਮੇਰੇ ਬੈਠੇ ਨੇ ਗੁਰੂ ਰਵਿਦਾਸ ਮਾਜ ਦੇ ਪਵਿੱਤਰ ਚਰਨਾਂ ਵਿੱਚ, ਮੁਬਾਰਕ ਚਰਨਾਂ ਦੇ ਵਿੱਚ ਹਰੀਪਾਲ ਜੀ ਰੰਧਾਵਾ, ਔਰ ਇਹਨਾਂ ਦੀਆਂ ਸੇਵਾਵਾਂ ਗੁਰੂ ਘਰ ਦੇ ਵਿੱਚ ਅਹੁਦੇਦਾਰ ਨੇ, ਗੁਰੂ ਰਵਿਦਾਸ ਮਾਜ ਦੇ ਸ਼ਰਧਾਲੂ ਨੇ, ਸੱਚੇ ਹੈ, ਸੁੱਚੇ ਹੈ ਔਰ ਇਹਨਾਂ ਦੇ ਦਿਲ ਵਿੱਚ ਜਿਹੜੀ ਤਾਂਘ ਹੈ ਕਿ ਅਸੀਂ ਗੁਰੂ ਰਵਿਦਾਸ ਮਾਜ ਦੇ ਮਿਸ਼ਨ ਨੂੰ ਨਿਰੋਲ ਕਰਕੇ ਦੁਨੀਆਂ ਦੇ ਵਿੱਚ ਲੈ ਕੇ ਜਾਈਏ, ਖਾਲਸ ਲੈ ਕੇ ਜਾਈਏ। ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਖਾਲਸੇ ਦੀ ਡੈਫੀਨੇਸ਼ਨ ਤਾਂ ਮੇਰੇ ਗੁਰੂ ਰਵਿਦਾਸ ਮਾਜ ਨੇ ਉਦੋਂ ਹੀ ਦੇ ਦਿੱਤੀ
ਜਦੋਂ ਉਹਨਾਂ ਨੇ ਸੰਸਾਰ ਵਿੱਚ ਵਿਚਰਨਾ ਸ਼ੁਰੂ ਕੀਤਾ ਤੇ ਉਹ ਖਾਲਸ ਜਿਹੜਾ ਕਿ ਸਤਿਗੁਰ ਰਵਿਦਾਸ ਮਹਾਰਾਜ ਦਾ ਸ਼ਬਦ ਹੈ ਕਿ ਅਸੀਂ ਜਦੋਂ ਖਾਲਸ ਬਣ ਕੇ ਇਹੋ ਜਿਹੇ ਖਾਲਸੇ ਬਣ ਕੇ ਗੁਰੂ ਰਵਿਦਾਸ ਮਹਾਰਾਜ ਦੇ ਚਰਨ ਵਿੱਚ ਪਹੁੰਚਾਂਗੇ ਤੇ ਆਪਣੇ ਵਿਹੜੇ ਵਿੱਚ ਸਾਨੂੰ ਆਪਣਾ ਮਕਾਨ ਬਣਾ ਕੇ ਜ਼ਰੂਰ ਦੇਣਗੇ ਉਹ ਜਿਹੜੇ ਸੇਵਾ ਕਰ ਰਹੇ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਬੇਗਮਪੁਰੇ ਦੇ ਵਿੱਚ ਹਮੇਸ਼ਾ ਇਹਨਾਂ ਨੂੰ ਵਸਨੀਕ ਬਣਾਉਣਗੇ ਸੋ ਜਿੰਨੇ ਵੀ ਗੁਰੂ ਮਹਾਰਾਜ ਦਾ ਮਿਸ਼ਨ ਇਸ ਵੇਲੇ ਪ੍ਰਚਾਰ ਰਹੇ ਨੇ ਇਹਨਾਂ ਸਾਰਿਆਂ ਦਾ ਧੰਨਵਾਦ ਮੈਂ ਅੱਜ ਇੱਕ ਬੇਨਤੀ ਕਰਦਾ ਰੰਧਾਵਾ ਜੀ ਅੱਜ ਸਾਡਾ ਪਹਿਲਾ ਪੜਾਅ ਸ਼ੁਰੂ ਹੋਇਆ ਅਸੀਂ ਇਹੋ ਜਿਹੀ ਜਗ੍ਹਾ ਤੇ ਕਦਮ ਰੱਖਿਆ ਸਿਰਫ ਆਸਰਾ ਲਿਆ ਗੁਰੂ ਰਵਿਦਾਸ ਜੀ ਦਾ ਔਰ ਗੁਰੂ ਰਵਿਦਾਸ ਮਹਾਰਾਜ ਦੀ ਲਾਡਲੀ ਸੰਗਤ ਹੈ ਮੈਨੂੰ ਇਹ ਦੱਸੋ ਵੀ ਜਦੋਂ ਗੁਰੂ ਰਵਿਦਾਸ ਮਹਾਰਾਜ ਦਾ ਮਿਸ਼ਨ ਸ਼ੁਰੂ ਹੋਇਆ ਇਹ ਕੰਮ ਸ਼ੁਰੂ ਹੋਇਆ ਠੀਕ ਆਪਾਂ ਹੁਣ ਰੋਜ਼ ਸੁਣਦੇ ਹਾਂ ਪੁੱਤ ਚਮਾਰਾਂ ਦੇ ਬੀਬੇ ਪੁੱਤ ਚਮਾਰਾਂ ਦੇ ਅਫਸਰ ਪੁੱਤ ਚਮਾਰਾਂ ਦੇ ਇਹ ਗੀਤ ਤਾਂ ਆਪਾਂ ਸੁਣ ਲੈਂਦੇ ਹਾਂ ਇੱਕ ਗੀਤ ਨਹੀਂ ਇਹ ਜਿਹਨਾਂ ਜੋਸ਼ਾਂ ਦੇ ਵਿੱਚ ਮੇਰੇ ਉਹਨਾਂ ਨੌਜਵਾਨਾਂ ਨੇ ਲਿਖਿਆ ਤੇ ਗਾਇਆ ਤੇ ਆਪਣੇ ਵਿੱਚ ਉਹਦਾ ਜੋਸ਼ ਕਿੰਨਾ ਕੁ ਭਰਿਆ ਮੈਂ ਉਹਦੇ ਬਾਰੇ ਆਪ ਜੀ ਤੋਂ ਬੇਨਤੀ ਸਮੁੱਚੇ ਸੰਸਾਰ ਨੂੰ ਦੱਸਿਓ ਪਹਿਲਾਂ ਤਾਂ ਸਾਰੇ ਸੰਸਾਰ ਦੇ ਵਿੱਚ ਵੀਨਸ ਟੀਵੀ ਤੇ ਕਾਂਸ਼ੀ ਟੀਵੀ ਦੇ ਪਹਿਲੇ ਦਿਨ ਤੋਂ ਇਸ ਪ੍ਰੋਗਰਾਮ ਤੋਂ ਸਾਰਿਆਂ ਨੂੰ ਜੈ ਗੁਰਦੇਵ ਕਹਿੰਦਾ ਸ਼੍ਰੀ ਗੁਰਦਾਸ ਧਾਰਮਿਕ ਸਭਾ 181 ਡਲੀ ਰੋਡ ਵੋਲਹੈਂਪਟਨ ਦੇ ਸੇਵਾਦਾਰ ਹੁੰਦੇ ਹੋਏ ਸਾਰਿਆਂ ਨੂੰ ਵਧਾਈ ਦਿੰਦਾ ਜਿਹੜਾ ਸਵਾਲ ਸਾਡੇ ਸ਼ੌਂਕੀ ਜੀ ਹੁਣੀ ਇੱਕ ਬਹੁਤ ਵੱਡੀ ਮੁੱਲੀ ਗੱਲ ਕਹੀ ਹੈ ਉਹ ਇਹ ਹੈ ਕਿ ਜੋ ਗੀਤ ਚੱਲ ਰਹੇ ਨੇ ਇਹ ਸਤਿਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਹੈ ਇੱਕ ਜਿਹੜੀ ਬਹੁਤ ਦੇਰ ਤੋਂ ਅਸੀਂ ਉਡੀਕ ਕਰਦੇ ਸੀ ਉਹ ਹੁਣ ਗੱਲ ਉੱਭਰ ਕੇ ਇੱਥੇ ਆ ਗਈ ਆ ਲੋਕਾਂ ਨੂੰ ਮਾਨਸਿਕ ਆਜ਼ਾਦੀ ਮਿਲ ਗਈ ਆ ਔਰ ਉਸ ਮਾਨਸਿਕ ਆਜ਼ਾਦੀ ਨੂੰ ਦੇਣ ਦੇ ਵਿੱਚ ਜਿਸ ਮਹਾਂਪੁਰਸ਼ ਦਾ ਬਹੁਤ ਬੜਾ ਯੋਗਦਾਨ ਰਿਹਾ ਉਹਨਾਂ ਨੂੰ ਮੈਂ ਸ਼ੀਸ਼ ਨਿਵਾਉਂਦਾ ਉਹਨਾਂ ਨੂੰ ਜੈ ਗੁਰਦੇਵ ਕਹਿੰਦਾ ਇਹ ਸਾਡੀ ਸਮੁੱਚੀ ਕੌਮ ਨੂੰ ਉਹਨਾਂ ਨੂੰ ਯਾਦ ਰੱਖਣਾ ਪਊਗਾ ਉਹ ਉਹਨਾਂ ਮਹਾਂਪੁਰਸ਼ਾਂ ਦੀ ਬਦੌਲਤ ਇਹ ਗੀਤ ਚੱਲੇ ਨੇ ਉਦੋਂ ਪਹਿਲਾਂ ਗੀਤ ਬਹੁਤ ਘੱਟ ਚੱਲੇ ਸੀਗੇ ਲੇਕਿਨ ਜਦੋਂ ਸੰਤ ਰਾਮਾਨੰਦ ਜੀ ਦੀ ਅਸੈਸੀਨੇਸ਼ਨ ਤੋਂ ਬਾਅਦ ਲੋਕਾਂ ਨੂੰ ਮਾਈਕ ਆਜ਼ਾਦੀ ਲੋਕਾਂ ਦਾ ਦਿਲ ਖੁੱਲ੍ਹ ਗਿਆ ਕਿ ਇਸ ਹੱਕਾਂ ਲਈ ਲੜਨਾ ਹੀ ਪੈਣਾ ਅਸੀਂ ਉਸ ਮਹਾਂਪੁਰਸ਼ ਨੂੰ ਵੀ ਨਾਲ ਯਾਦ ਕਰੀਏ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਇਹ ਉਹਨਾਂ ਦਾ ਯੋਗਦਾਨ ਹੈ ਜਿਨ੍ਹਾਂ ਕਰਕੇ ਉਹਨਾਂ ਨੇ ਸਤਿਗੁਰ ਰਵਿਦਾਸ ਜੀ ਦੇ ਮਿਸ਼ਨ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕਰ ਦਿੱਤਾ ਅਤੇ ਉਸ ਲਾਈਨ ਦੇ ਵਿੱਚ ਜਾ ਖੜੇ ਹੋਏ ਹਨ ਇਸ ਤੋਂ ਇਲਾਵਾ ਇੱਕ ਮੈਨੂੰ ਬਹੁਤ ਜਿਸ ਤਰ੍ਹਾਂ ਸ਼ੌਂਕੀ ਸਾਹਿਬ ਜੀ ਨੇ ਗੀਤਾਂ ਬਾਰੇ ਕਿਹਾ ਇੱਕ ਗੱਲ ਯਾਦ ਆਈ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਹੈ ਕਿ ਸਾਡੀ ਕੌਮ ਦੇ ਇਸ ਸਤਿਗੁਰ ਰਵਿਦਾਸ ਜਾਗਰਤੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਲਈ ਇੱਕ ਬਹੁਤ ਹੀ ਵੱਡੇ ਇਨਸਾਨ ਹੋਏ ਸਨ ਜਿਨ੍ਹਾਂ ਦਾ ਨਾਂ ਸੀ ਮਲੂਕ ਚੰਦ ਜਾਰਲਾ ਉਹਨਾਂ ਦੀਆਂ ਦੋ ਲਾਈਨਾਂ ਮੈਨੂੰ ਯਾਦ ਆਉਂਦੀਆਂ ਜਿਹੜੀਆਂ ਕਿ ਅੱਜ ਬਿਲਕੁਲ ਇਸ ਪ੍ਰੋਗਰਾਮ ਦੇ ਨਾਲ ਢੁੱਕਦੀਆਂ ਹਨ ਉਹ ਇਸ ਤਰ੍ਹਾਂ ਹਨ ਕਿ ਪਾਗਲ ਮਲੂਕ ਚੰਦ ਹੋ ਗਿਆ ਉਦਾਸ ਜੀ ਦਰਸ਼ਨ ਦੇਵੋ ਆ ਕੇ ਗੁਰੂ ਰਵਿਦਾਸ ਜੀ ਤੈਨੂੰ ਧੰਨ ਚੰਦ ਰੋਜ਼ ਧਿਆਵੇ ਸੰਗਤਾਂ ਉਡੀਕਦੀਆਂ ਕਦੋਂ ਪੱਥਰੀ ਤੜਾਉਣੇ ਵਾਲਾ ਆਵੇ ਪੱਥਰੀ ਤੜਾਉਣੇ ਵਾਲੇ ਤਾਂ ਆ ਗਏ
ਹੁਣ ਸੰਗਤਾਂ ਨੂੰ ਆਪਣਾ ਆਪਣਾ ਕਾਰਜ ਕਰਨਾ ਪੈਣਾ। ਮੈਂ ਸਾਰੀ ਸਮੁੱਚੀ ਕੌਮ ਨੂੰ ਬੇਨਤੀ ਕਰਦਾ ਕਿ ਇਸ ਕਾਰਜ ਦੇ ਵਿੱਚ ਰਲ ਜਾਓ, ਹਮਲਾ ਮਾਰ ਦਿਓ, ਉਹ ਦਿਨ ਦੂਰ ਨਹੀਂ, ਆਜ਼ਾਦੀ ਆਪਣੀ ਖੜੀ ਹੈ। ਜੈ ਗੁਰਦੇਵ ਜੀ। ਇਸੇ ਦੇ ਨਾਲ ਹੀ ਮੈਂ ਮਹੇਸ਼ ਜੀ ਨੂੰ, ਨਿਰਮਲ ਮਹੇਸ਼ ਜੀ ਨੂੰ ਬੇਨਤੀ ਕਰਦਾ, ਕਿਉਂਕਿ ਅੱਜ ਜਿਹੜੇ ਗੀਤ ਗਾਏ ਜਾਂਦੇ ਆ ਅਸਲੀ ਰਵਿਦਾਸੀ ਆ ਉਹ ਨੇ ਪੁੱਤ ਚਮਾਰਾਂ ਦੇ, ਕਿਉਂਕਿ ਗੁਰੂ ਰਵਿਦਾਸ ਮਾਂ ਨੇ ਸ਼ਰਿਆਮ ਕਹਿ ਰਵਿਦਾਸ ਖੁਲਾਸ ਚਮਾਰਾ। ਅਸਲੀ ਸ਼ਰਧਾਲੂ ਗੁਰੂ ਜੀ ਦੇ ਉਹ ਨੇ ਜਿਨ੍ਹਾਂ ਨੇ ਗੀਤ ਲਿਖ ਕੇ ਗਾ ਰਹੇ ਨੇ। ਅਤੇ ਮੈਂ ਨਿਰਮਲ ਮਹੇਸ਼ ਜੀ ਆਪ ਜੀ ਨੂੰ ਪੁੱਛਦਾ, ਰਵਿਦਾਸੀਆ ਧਰਮ ਹੋਂਦ ਵਿੱਚ ਆਇਆ, ਇਹ ਕਿਸੇ ਦੀ ਜ਼ਗੀਰ ਨਹੀਂ, ਸਿਰਫ ਅਤੇ ਸਿਰਫ ਸਤਿਗੁਰੂ ਰਵਿਦਾਸ ਮਾਂ ਜੀ ਦਾ ਨਾਮ ਉਜਾਗਰ ਕਰਨ ਵਾਸਤੇ ਜਿੱਥੇ ਅਸੀਂ ਰਵਿਦਾਸੀਆ ਕਹਾਂਗੇ ਉੱਥੇ ਮੇਰੇ ਸਤਿਗੁਰੂ ਜੀ ਦਾ ਨਾਮ ਆਟੋਮੈਟਿਕਲੀ ਆਵੇਗਾ ਕਿ ਅਸੀਂ ਉਹਦੇ ਸ਼ਰਧਾਲੂ ਹਾਂ। ਅਤੇ ਤੁਸੀਂ ਰਵਿਦਾਸੀਆ ਕਹਾਉਣ ਵਿੱਚ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ? ਜਬ ਜਬ ਫੈਲੇ ਜਗਤ ਮੇ ਕੂੜ ਪਾਪ ਅੰਧਿਆਰ, ਤਬ ਤਬ ਰਾਖੇ ਹੱਥ ਦੇ ਰਵਿਦਾਸ ਇੱਕ ਰਾਮ ਹਮਾਰ। ਪਰਮ ਪੂਜਿਆ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਜਿੱਥੇ ਸੌਂਕੀ ਸਾਹਿਬ ਜੀ ਮਾਣ ਦੀ ਗੱਲ ਕੀਤੀ ਆ, ਏਡੂ ਵੱਡਾ ਮਾਣ ਹੋਰ ਕੀ ਹੋ ਸਕਦਾ ਕਿ ਅੱਜ ਸਾਡੀ ਸਾਰੀ ਕੌਮ ਇੱਕ ਝੰਡੇ ਦੇ ਥੱਲੇ ਇਕੱਤਰ ਹੋ ਚੁੱਕੀ ਆ। ਔਰ ਜੋ ਧੰਨ ਧੰਨ ਸਤਿਗੁਰ ਦਾਸ ਮਹਾਰਾਜ ਜੀ ਦਾ ਅਸਲੀ ਸੁਨੇਹਾ ਸੀ, ਜੋ ਸਾਰੀ ਦੁਨੀਆਂ ਜਿਹਦੇ ਉੱਪਰ ਅੱਜ ਕਾਇਲ ਹੋ ਚੁੱਕੀ ਆ, ਉਹ ਕਿਹੜਾ ਸੁਨੇਹਾ ਸੀ? ਬੇਗਮਪੁਰਾ ਸਹਿਰ ਕੋ ਨਾਉ ਦੁੱਖ ਦੋ ਨਹੀਂ ਤੈ ਠਾਓ, ਨਾ ਤਸਵੀਸ ਖਰਾ ਨਾ ਮੈਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਬਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਸੇਮ ਏਕ ਸੁਵਾਹੀ, ਅਵਾਦਾਨ ਸਦਾ ਮਸਹੂਰ, ਊਹਾਂ ਗਨੀ ਬਸੇ ਮੈਂ ਮੂਰ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰੋ ਮੈਲ ਨਾ ਕੋ ਟਕਾਵੇ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਅੱਜ ਹਿਮੇ ਰਾਸ਼ਟਰ ਦੀ ਗੱਲ ਸਾਰੀ ਦੁਨੀਆਂ 'ਤੇ ਚੱਲ ਰਹੀ ਆ, ਹਿਮ ਰਾਸ਼ਟਰ ਦੇ ਸਭ ਤੋਂ ਵੱਡੇ ਜੋ ਸਹਿਜਣਹਾਰ ਉਹ ਸੀ ਧੰਨ ਧੰਨ ਸਤਿਗੁਰ ਦਾਸ ਮਹਾਰਾਜ ਜੀ, ਜਿਨ੍ਹਾਂ ਨੇ 635 ਸਾਲ ਪਹਿਲਾਂ ਅੱਜ ਜੋ UNO ਨੇ ਵਿਧਾਨ ਬਣਾਇਆ, ਜਿਹੜਾ ਆਰਟੀਕਲ ਹਿਊਮਨ ਰਾਈਟਸ ਦੇ ਚਾਰਟਰ ਦਾ ਪਹਿਲਾ ਹੈ, ਉੱਥੇ ਕੀ ਲਿਖਿਆ ਜੀ? ਪਹਿਲਾ ਜੋ ਨੰਬਰ ਆਉਂਦਾ, ਆਲ ਹਿਊਮਨ ਆਰ ਬੀਂਗ ਬੋਰਨ ਐਂਡ ਫਰੀ, ਆਲ ਹਿਊਮਨ ਬੀਂਗ ਆਰ ਬੋਰਨ ਫਰੀ ਐਂਡ ਇਕੁਅਲ ਡਿਗਨਿਟੀ ਐਂਡ ਰਾਈਟ, ਦੇ ਆਰ ਐਂਡੋਰਡ ਵਿਦ ਰੀਜਨ ਐਂਡ ਕੰਸਾਈਸ ਐਂਡ ਸ਼ੁੱਡ ਐਕਟ ਵਨ ਅਨਦਰ ਐਂਡ ਸਪਿਰਿਟ ਆਫ ਬ੍ਰਦਰਹੁੱਡ। ਉਹ ਧੰਨ ਧੰਨ ਸਤਿਗੁਰ ਦਾਸ ਮਹਾਰਾਜ ਜੀ ਦਾ ਜੇਕਰ ਇਹ ਸ਼ਬਦ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਦੋ ਨਹੀਂ ਤਾਂ ਠਾਓ ਦਾ ਆਪਾਂ ਜੇ ਇਹਦਾ ਅਨੁਵਾਦ ਕਰੀਏ, ਵਿਆਖਿਆ ਕਰੀਏ, ਤਾਂ ਉਹ ਹੂ ਹੂ ਇੰਨਾ ਸਿਮਿਲਰਟੀ ਹੈ ਕਿ ਹੋ ਸਕਦਾ ਕਿ ਉਹ UNO ਦੇ ਵਿਧਾਨ ਰਚਨਹਾਰਿਆਂ ਨੇ ਇਹ ਸ਼ਬਦ ਸਾਹਮਣੇ ਰੱਖ ਕੇ ਉਹ ਜੋ ਆਰਟੀਕਲ ਨੰਬਰ 1 ਹਿਊਮਨ ਰਾਈਟ ਦਾ ਉਹ ਰਚਿਆ ਹੋਵੇ, ਕਿਉਂਕਿ ਟਾਈਮ ਇਸ ਵੇਲੇ, ਕਿਉਂਕਿ ਬਾਕੀ ਵੀ ਬੁਲਾਰਿਆਂ ਨੇ ਬੋਲਣਾ ਬਹੁਤ ਨਹੀਂ ਹੈ। ਮੈਂ ਇੱਥੇ ਹੀ ਮੈਂ ਫਿਰ ਇਹ ਬੇਨਤੀ ਕਰਾਂਗਾ, ਸਾਨੂੰ ਬੜਾ ਮਾਣ ਹੈ ਕਿ ਜੋ ਅੱਜ ਦੇ ਜੋ ਗੀਤ ਵੀ ਚੱਲ ਰਹੇ ਨੇ, ਕਿਉਂਕਿ ਗੀਤ ਜੇ ਬਾਕੀ ਕੌਮਾਂ ਦੇ ਚੱਲ ਸਕਦੇ ਨੇ, ਧੰਨ ਧੰਨ ਸਤਿਗੁਰ ਦਾਸ ਮਹਾਰਾਜ ਜਿਹਨੇ ਸਾਰੇ ਮਹਾਂਪੁਰਖਾਂ ਨੇ ਜਿਹਨਾਂ ਦੀ ਉਪਮਾ ਕੀਤੀ ਆ, ਉਹਨਾਂ ਦੇ ਗੀਤ ਕਿਉਂ ਨਾ ਚੱਲਣ, ਚੱਲਣੇ ਚਾਹੀਦੇ ਨੇ। ਸੋ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਕਰਦਾ ਕਿ ਇੱਕ ਦੂਜੇ ਦੇ ਸਾਥ ਦਿਓ। ਸਤਿਗੁਰ ਦਾਸ ਮਹਾਰਾਜ ਨੇ ਸਾਨੂੰ ਨਿਰਭੈ ਹੋ ਕੇ ਨਿਰਭੈ ਰਹਿਣ ਦੀ ਅਪੀਲ ਕੀਤੀ ਹੈ, ਸਤਸੰਗਤ ਮਿਲ ਰਹੀ ਹੈ, ਮਾਧੋ ਦਾ ਕੋਈ ਸਾਨੂੰ ਸੁਨੇਹਾ ਦਿੱਤਾ ਆ, ਮੱਖੀਆਂ ਜਿੱਥੇ ਉਹਦੇ ਉੱਪਰ ਕੋਈ ਅਟੈਕ ਕਰਦੀ ਆ ਉਹ ਇਕੱਠੇ ਹੋ ਕੇ ਪੈ ਜਾਂਦੀਆਂ ਉਹਨੂੰ। ਇਸੇ ਤਰ੍ਹਾਂ ਜੇ ਤੁਹਾਡੇ ਹੱਕਾਂ 'ਤੇ ਕੋਈ ਹਾਵੀ ਹੁੰਦਾ, ਤੁਹਾਡੇ ਉੱਪਰ ਤਵਾ ਬੋਲਦਾ, ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਵੀ ਆਪਣੇ ਹੱਕਾਂ ਦੀ ਖਾਤਰ ਮਰ ਮਿਟੋ। ਔਰ ਮੱਖੀਆਂ ਦੀ ਇਗਜ਼ਾਮਪਲ ਤਾਂ ਦਿੱਤੀ, ਉਹ ਇਹਦੇ ਨਾਲ ਦੀ ਨਾਲ ਦੂਆ ਇਹ ਵੀ ਆ ਕਿ ਮਿੱਠੇ ਵੀ ਬੋਲੋ, ਮਿੱਠਾ ਬੋਲਣਾ ਬਹੁਤ ਜ਼ਰੂਰੀ ਹੈ। ਜੈ ਗੁਰਦੇਵ। ਮਹੇਸ਼ ਜੀ ਬਹੁਤ ਬਹੁਤ ਧੰਨਵਾਦ। ਇਹ
ਜਿਹੜਾ ਅੱਜ ਪਲੇਟਫਾਰਮ ਬਣਿਆ ਗੁਰੂ ਰਵਿਦਾਸ ਮਾਝ ਦੇ ਨਾਲ ਨਾਲ ਸਾਡੇ ਨਾਲ ਜਿਹੜੇ ਮਹਾਂਪੁਰਸ਼ ਦੇ ਸਮਕਾਲੀ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਹੋਏ ਨੇ, ਸਤਿਗੁਰੂ ਨਾਮਦੇਵ ਜੀ ਮਹਾਰਾਜ ਹੋਏ ਨੇ, ਸਵਾਮੀ ਵਾਲਮੀਕਿ ਜੀ ਮਹਾਰਾਜ ਜੀ ਹੋਏ ਨੇ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਹੋਏ ਨੇ, ਸਦਨਾ ਜੀ ਹੋਏ ਨੇ, ਸਹਿਜ ਜੀ ਹੋਏ ਨੇ, ਜਿਹਨਾਂ ਜਿਹਨਾਂ ਨੂੰ ਬਾਕੀ ਸਮਾਜਾਂ ਨੇ ਸਾਹਮਣੇ ਜਾਗਰਿਤ ਨਹੀਂ ਕੀਤਾ, ਇਸ ਟੀਵੀ ਦਾ, ਇਸ ਮਿਸ਼ਨ ਦਾ, ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਦਾ ਇੱਕੋ ਹੀ ਨਿਸ਼ਾਨਾ ਹੋਏਗਾ ਕਿ ਜਿਹਨਾਂ ਮਹਾਂਪੁਰਸ਼ਾਂ ਨੂੰ ਇਗਨੋਰ ਕੀਤਾ ਗਿਆ, ਜਿਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਔਰ ਉਹਨਾਂ ਦਾ ਮਿਸ਼ਨ ਅਸੀਂ ਇਸ ਪਲੇਟਫਾਰਮ ਤੋਂ ਜਾਗਰਿਤ ਕਰਾਂਗੇ, ਸਮੁੱਚੇ ਸੰਸਾਰ ਵਿੱਚ ਪਹੁੰਚਾਵਾਂਗੇ। ਧੰਨਵਾਦ ਜੀ। ਬਲਵੀਰ ਕਲੇਰ ਜੀ, ਜਦੋਂ ਤੁਸੀਂ ਇਹ ਪ੍ਰੋਗਰਾਮ ਆਰੰਭ ਕੀਤਾ, ਕੀ ਤੁਹਾਡੇ ਅੰਦਰ ਸੋਚ ਵੀ, ਤੁਹਾਡੇ ਚਿਹਰੇ 'ਤੇ ਅੱਜ ਜਿੰਨੀ ਖੁਸ਼ੀ ਹੈ ਵੀ ਇੰਨੀਆਂ ਸੰਗਤਾਂ ਦੇਖ ਕੇ, ਇੰਨਾ ਪਿਆਰ ਦੇਖ ਕੇ ਜਦੋਂ ਉਦਘਾਟਨ ਹੋਇਆ, ਕਿਉਂਕਿ ਰਾਤੀ ਤੁਸੀਂ ਕਾਫੀ ਮਿਹਨਤ ਕਰਦੇ ਸੀ, ਕਈਆਂ ਦਿਨਾਂ ਤੋਂ ਮਿਹਨਤ ਕਰ ਰਹੇ ਹੋ, ਪੈਸਾ ਇਕੱਠਾ ਕਰ ਰਹੇ ਹੋ, ਇਹਨੂੰ ਚਲਾਉਣ ਵਾਸਤੇ ਉਪਰਾਲੇ ਕਰ ਰਹੇ ਹੋ, ਅੱਜ ਜਦੋਂ ਤੁਸੀਂ ਦੇਖ ਰਹੇ ਹੋ ਉਦਘਾਟਨ ਵੀ ਹੋ ਗਿਆ, ਗੁਰੂ ਮਾਈ ਦੀਆਂ ਤਸਵੀਰਾਂ ਵੀ ਲੱਗ ਗਈਆਂ, ਅਸੀਂ ਸਮੁੱਚੇ ਸੰਸਾਰ ਨੂੰ ਲਾਈਵ ਵੀ ਪ੍ਰੋਗਰਾਮ ਦੇ ਰਹੇ ਹਾਂ, ਤਾਂ ਤੁਸੀਂ ਆਪਣੀ ਜ਼ਰਾ ਖੁਸ਼ੀ ਤਾਂ ਜ਼ਾਹਰ ਕਰੋ। ਜੈਗੁਰਦੇਵ ਜੀ, ਗੁਰੂ ਘਰ ਸਾਹਿਬ ਦੀ ਖੁਸ਼ੀ ਤਾਂ ਬਹੁਤ ਹੈ, ਜਿੱਦਣ ਅਸੀਂ ਇਹ ਕੰਮ ਸ਼ੁਰੂ ਕੀਤਾ ਉਦੋਂ ਸੁਪਨਾ ਤਾਂ ਬਹੁਤ ਵੱਡਾ ਸੀਗਾ, ਪਰ ਫਿਰ ਵੀ ਆਪਾਂ ਕਿਸੇ ਮੰਜ਼ਿਲ ਤਾਈਂ 75% ਪਹੁੰਚ ਗਏ ਹਾਂ। ਜਿਸ ਤਰ੍ਹਾਂ ਤੁਸੀਂ ਯੂਰਪ ਦੇ ਵਿੱਚੋਂ, ਯੂਕੇ ਦੇ ਵਿੱਚੋਂ ਸਾਰੇ ਨੇ ਸਾਨੂੰ ਇਹੋ ਜਿਹਾ ਸਾਥ ਦਿੱਤਾ ਆ, ਜੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਸਾਡਾ ਹੋਰ ਵੀ ਸਾਥ ਦਿਓਗੇ ਤਾਂ ਉਦੋਂ ਦੂਰ ਨੇ ਜਦੋਂ ਕਿ ਇਹ ਚੈਨਲ ਜਿਹੜਾ ਬਹੁਤ ਤਰੱਕੀ ਕਰੂੰਗਾ, ਤਾਂ ਆਪਾਂ ਵੱਧ ਤੋਂ ਵੱਧ ਹੋਰ ਟਾਈਮ ਲੈ ਕੇ ਆਪਣੀ ਸੰਗਤ ਨੂੰ ਜਿਹੜਾ ਆ ਹੋਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦੇ ਬਾਰੇ ਦੱਸ ਸਕਦੇ ਹਾਂ, ਹੋਰ ਸੁਨੇਹਾ ਪਹੁੰਚਾ ਸਕਦੇ ਹਾਂ। ਸਾਨੂੰ ਬਹੁਤ ਵੱਡਾ ਮਾਣ ਹੈ, ਕੋਈ ਇਹੋ ਜਿਹੇ ਸ਼ਬਦ ਨੇ ਜਿਹੜੇ ਕਿ ਅਸੀਂ ਆਪਣੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਸਕੀਏ, ਬਹੁਤ ਵੱਡੀ ਗੱਲ ਹੈ। ਬਹੁਤ ਚਿਰ ਪਹਿਲਾਂ ਆਪਾਂ ਇੱਕ ਰੇਡੀਓ ਸਟੇਸ਼ਨ ਖੋਲ੍ਹਣ ਦੀ ਗੱਲ ਕਰਦੇ ਸੀਗੇ, ਹੁਣ ਤਾਂ ਦੇਖੋ ਆਪਾਂ ਪੈਕਚਰਾਂ ਦੇ ਵਿੱਚ ਹੂਬਰੂ ਲੋਕਾਂ ਦੇ ਨਾਲ ਗੱਲ ਕਰਦੇ ਹਾਂ, ਬਹੁਤ ਵੱਡੀ ਮਾਣ ਦੀ ਗੱਲ ਹੈਗੀ ਆਪਾਂ ਕਰੀਏ। ਥੈਂਕ ਯੂ ਜੀ। ਥੈਂਕ ਯੂ ਬਲਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਬੰਗਾ ਜੀ ਨੂੰ, ਜਿਨ੍ਹਾਂ ਦੀਆਂ ਬਹੁਤ ਕੋਸ਼ਿਸ਼ਾਂ ਨੇ, ਬਹੁਤ ਉਪਰਾਲਾ, ਮੈਨੂੰ ਅੱਜ ਇਹ ਦੱਸੋ ਵੀ ਗੁਰੂ ਰਵਿਦਾਸ ਮਹਾਰਾਜ ਨੂੰ ਤੁਸੀਂ ਚੇਤੇ ਕਰਕੇ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਤੁਸੀਂ ਕੀ ਸੋਚਦੇ ਵੀ ਮਹਾਰਾਜ ਜੀ ਅੰਗ ਸੰਗ ਹੋ ਕੇ ਤੁਹਾਡੇ ਕਿੱਦਾਂ ਕੰਮ ਕਰਨਗੇ, ਕੀ ਤੁਸੀਂ ਅੱਜ ਵਿਸ਼ਵਾਸ ਰੱਖਦੇ ਹੋ? ਜੈਗੁਰਦੇਵ, ਇਹ ਸਾਡੀ ਸਾਰਿਆਂ ਦੀ ਪਹਿਲਾਂ ਤੋਂ ਇਹੀ ਸੋਚ ਸੀਗੀ ਕਿ ਸਾਡਾ ਕੋਈ ਆਪਣਾ ਚੈਨਲ ਹੋਵੇ, ਆਪਣਾ ਮੀਡੀਆ ਹੋਵੇ। ਬਹੁਤ ਹੀ ਸੋਚ ਵਿਚਾਰ ਕਰਕੇ, ਬਹੁਤ ਸਾਰੇ ਸਾਥੀਆਂ ਦੇ ਨਾਲ ਗੱਲਬਾਤ ਕੀਤੀ, ਸਾਰਿਆਂ ਨੇ ਹੀ ਇਹੋ ਕਿਹਾ ਕਿ ਆਪਾਂ ਕੋਈ ਨਾ ਕੋਈ ਉਪਰਾਲਾ ਇੱਦਾਂ ਦਾ ਕੀਤਾ ਜਾਵੇ ਵੀ ਆਪਣਾ ਚੈਨਲ ਖੋਲ੍ਹਿਆ ਜਾਵੇ। ਦਾਸ ਨੇ ਇਸ ਦੇ ਵਿੱਚ ਸਾਰਿਆਂ ਦੀ ਸਪੋਰਟ ਦੇ ਨਾਲ ਇਹ ਜਗ੍ਹਾ ਦਾ ਔਫਰ ਕੀਤਾ, ਬਾਕੀ ਸਾਰੇ ਸਾਥੀਆਂ ਨੇ ਇਹਦਾ ਹੌਸਲਾ ਵਧਾਈ ਦਿੱਤੀ ਵੀ ਆਪਾਂ ਨੂੰ ਇਹ ਜ਼ਰੂਰ ਕਰ ਲਈਏ। ਇਸੇ ਦੇ ਨਾਲ ਅਸੀਂ ਹੌਲੀ ਹੌਲੀ ਸਾਰਿਆਂ ਦੀ ਭਰਾਵਾਂ ਦੇ ਨਾਲ ਗੱਲਬਾਤ ਕੀਤੀ, ਜਿਸ ਦੇ ਨਾਲ ਇਹ ਆਪ ਜੀ ਸਾਹਮਣੇ ਹੈ। ਬਾਕੀ ਆਪ ਸਾਹਿਬ ਨੇ ਬਹੁਤ ਹੀ ਚੜ੍ਹ ਕੇ ਡੋਨੇਸ਼ਨ ਵੀ ਦਿੱਤਾ ਹੈਗਾ, ਅਤੇ ਇਸ ਦੇ ਨਾਲ ਵੀ ਇਹਨੂੰ ਆਪਾਂ ਗਾਹਾਂ ਵੱਧ ਤੋਂ ਵੱਧ ਚੰਗੇ ਤੋਂ ਚੰਗਾ ਬਣਾ ਕੇ ਗਾਹਾਂ ਚਲਾ ਸਕੀਏ। ਜੈ ਗੁਰਦੇਵ। ਹੁਣ ਮੈਂ ਆਪਣੇ ਜਿਹੜੇ ਸਟੂਡੀਓ ਦੇ ਵਿੱਚ ਹੋਰ ਪਤਵੰਤੇ ਬੈਠੇ ਨੇ, ਮੈਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗਾ। ਸਰੋਆ ਜੀ ਨੂੰ ਬੇਨਤੀ ਹੈ ਕਿ ਮਾਈਕ ਉਹਨਾਂ ਤੱਕ ਪਹੁੰਚਾਇਆ ਜਾਵੇ। ਮੈਂ ਡਾਕਟਰ ਸਤੀਸ਼ ਸੁਮਨ ਜੀ, ਜਿਹੜੇ ਗੁਰੂ ਰਵਿਦਾਸ ਫੋਰਸ ਪੰਜਾਬ ਦੇ ਪ੍ਰਧਾਨ ਜੀ ਨੇ,
ਔਰ ਉਹਨਾਂ ਨੂੰ ਸਮੁੱਚੇ ਸੰਸਾਰ ਦੇ ਵਿੱਚ ਸੁਣਨਾ ਚਾਹੁੰਦਾ ਕਿ ਤੁਸੀਂ ਪ੍ਰਦੇਸ਼ਾਂ ਵਿੱਚ ਵੀ ਆਏ ਹੋ ਔਰ ਉੱਥੇ ਵੀ ਤੁਸੀਂ ਕੌਮ ਦੀਆਂ ਸੇਵਾਵਾਂ ਕਰ ਰਹੇ ਹੋ। ਅੱਜ ਇਹ ਚੈਨਲ ਚੱਲਿਆ, ਗੁਰੂ ਰਵਿਦਾਸ ਮਹਾਰਾਜ ਦੇ ਜਿੰਨੇ ਸਾਡੇ 'ਤੇ ਪਰ ਉਪਕਾਰ ਕੀਤੇ, ਉਹਨਾਂ ਦਾ ਕਰਜ਼ਾ ਚੁਕਾਉਣ ਵਾਸਤੇ ਸਾਨੂੰ ਕਿਹੋ ਜਿਹੀਆਂ ਸੋਚਾਂ ਲੈ ਕੇ ਤੁਰਨਾ ਚਾਹੀਦਾ? ਜੈ ਗੁਰਦੇਵ ਜੀ। ਸਭ ਤੋਂ ਪਹਿਲਾਂ ਮੈਂ ਵਰਲਡ ਦੀਆਂ ਸਮੂਹ ਰਵਿਦਾਸੀਆ ਕੌਮ ਨੂੰ ਗੁਰੂ ਰਵਿਦਾਸ ਫੋਰਸ ਵੱਲੋਂ ਇਸ ਕਾਰਜ ਨੂੰ ਚਲਾਉਣ ਦੇ ਲਈ ਲੱਖ ਲੱਖ ਵਧਾਈ ਦਿੰਦਾ ਔਰ ਆਸ ਕਰਦਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਅੰਗ ਸੰਗ ਸਹਾਈ ਹੋ ਕੇ ਇਸ ਕਾਰਜ ਨੂੰ ਬਹੁਤ ਹੀ ਬੁਲੰਦੀਆਂ 'ਤੇ ਲੈ ਕੇ ਜਾਣਗੇ। ਸੋ ਸਾਧ ਸੰਗਤ ਜੀਓ, ਪਾਵਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਵਿਖਿਆਨ ਕੀਤਾ ਸੀ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਉਹ ਪਰਮਾਤਮਾ ਨਾਲ ਪ੍ਰੀਤ ਪਾਈ, ਪਰਮਾਤਮਾ ਨਾਲ ਪ੍ਰੀਤ ਪਾ ਕੇ ਦੁਨਿਆਵੀ ਪਦਾਰਥਾਂ ਦੇ ਨਾਲੋਂ ਪ੍ਰੀਤ ਤੋੜ ਕੇ ਉਹ ਸਕਾਲ ਪੁਰਖ ਪਰਮਾਤਮਾ ਦਾ ਆਸ਼ੀਰਵਾਦ ਲੈਂਦਿਆਂ ਹੋਇਆ ਸਤਿਗੁਰੂ ਰਵਿਦਾਸ ਮਹਾਰਾਜ ਨੇ ਬਾਣੀ ਵਿੱਚ ਜਦੋਂ ਆਪਣੇ ਸਮਾਜ ਦੀ ਦੁਰਦਸ਼ਾ ਦੇਖੀ ਤਾਂ ਉਹਨਾਂ ਨੇ ਕਿਹਾ ਸੀ, ਅਸ਼ੁੱਤ ਰਾਜ ਬਿਸ਼ਰਤ ਦੁੱਖ ਪਾਇਓ, ਸੋਗਤ ਪਈ ਹਮਾਰੀ। ਕਿ ਸਾਡਾ ਇੱਕ ਇਸ ਦੇਸ਼ ਦੇ ਵਿੱਚ ਰਾਜ ਹੋਇਆ ਕਰਦਾ ਸੀ, ਉਹ ਰਾਜ ਸਾਡੇ ਤੋਂ ਖੁਸ਼ ਗਿਆ ਔਰ ਸਾਡੀ ਜਿਹੜੀ ਦੁਰਦਸ਼ਾ ਉਹ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਸਾਨੂੰ ਬਹੁਤ ਹੀ ਨੀਚੇ ਦਰਜੇ ਦੇ ਲੋਕ ਕਿਹਾ ਜਾਣ ਲੱਗਾ। ਔਰ ਇਸ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਇਸ ਦਾ ਇਲਾਜ ਵੀ ਬਾਣੀ ਦੇ ਵਿੱਚ ਕੀਤਾ ਕਿ ਏਕ ਸੁੱਖ ਸਭ ਰਾਜ ਮੈਂ ਦੂਜਾ ਮਰਗਟ ਗਾਉ, ਕਿ ਇੱਕ ਸੁੱਖ ਸਭ ਰਾਜ ਮੈਨੇ ਆਪਣਾ ਰਾਜ, ਇੱਕ ਤਾਂ ਸੁੱਖ ਆਪਣੇ ਰਾਜ ਭਾਗ ਦੇ ਵਿੱਚ ਪ੍ਰਾਪਤ ਕੀਤਾ ਜਾ ਸਕਦਾ। ਉਹਨਾਂ ਨੇ ਸਮਾਜ ਨੂੰ ਕਿਹਾ ਕਿ ਜੇ ਤੁਸੀਂ ਆਪਣਾ ਰਾਜ ਭਾਗ ਪ੍ਰਾਪਤ ਨਹੀਂ ਕਰ ਸਕਦੇ ਤਾਂ ਏਕ ਸੁੱਖ ਸਭ ਰਾਜ ਮੈਂ ਦੂਜਾ ਮਰਗਟ ਗਾਉ, ਕਿ ਸ਼ਮਸ਼ਾਨ ਘਾਟ ਦੇ ਵਿੱਚ ਹੀ ਦੂਜਾ ਸੁੱਖ ਮਿਲ ਸਕਦਾ ਜਿੱਥੇ ਸ਼ਾਂਤੀ ਹੀ ਸ਼ਾਂਤੀ ਹੈ। ਸੋ ਆਓ, ਜੇਕਰ ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਸੁਪਨਾ ਪ੍ਰਾਪਤ ਕਰਨਾ, ਪੂਰਾ ਕਰਨਾ, ਸੰਤ ਰਾਮਾਨੰਦ ਮਹਾਰਾਜ ਜੀ ਦਾ ਸੁਪਨਾ ਸਾਕਾਰ ਕਰਨਾ, ਤਾਂ ਰਾਜ ਭਾਗ ਵੱਲ ਨੂੰ ਵਧੀਏ ਔਰ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਈਏ। ਔਰ ਮੈਂ ਇੱਕ ਵਾਰ ਫਿਰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਨੂੰ ਸਮੂਹ ਰਵਿਦਾਸੀਆ ਕਮਿਊਨਿਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ, ਜਿਨ੍ਹਾਂ ਨੇ ਇਹ ਬਹੁਤ ਹੀ ਵਧੀਆ ਉਪਰਾਲਾ ਕਰਕੇ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ। ਜੈ ਗੁਰਦੇਵ। ਧੰਨ ਗੁਰਦੇਵ, ਧੰਨਵਾਦ। ਇਸੇ ਦੇ ਨਾਲ ਹੀ ਮੈਂ ਬੇਨਤੀ ਕਰਦਾ, ਸ਼ਿੰਦਾ ਕੌਲਧਾਰ ਜੀ ਇਟਲੀ ਤੋਂ ਆਏ ਹੋਏ ਨੇ ਔਰ ਅੱਜ ਦੱਸਣ ਸਮੁੱਚੇ ਸੰਸਾਰ ਨੂੰ ਕਿ ਅਸੀਂ ਪੰਜਾਬ ਤੋਂ ਇਟਲੀ ਆ ਗਏ, ਜਹਾਜ਼ ਦੀ ਸਪੀਡ ਬਹੁਤ ਹੈ ਅਤੇ ਜਿਹੜਾ ਅਸੀਂ ਅੱਜ ਕੰਮ ਚੁੱਕਿਆ ਇਹਨੂੰ ਕਿਹੜੀ ਸਪੀਡ ਨਾਲ ਕਰਾਂਗੇ। ਪਹਿਲਾਂ ਸਾਰੇ ਗੁਰੂ ਪਿਆਰੀ ਸਤਿਸੰਗ ਜੀ ਆਪ ਸਭ ਨੂੰ ਜੈ ਗੁਰੂਦੇਵ। ਮੈਂ ਸੰਤ ਸਰਵਨ ਦਾਸ ਵੈਲਫੇਅਰ ਸੁਸਾਇਟੀ ਯੂਰਪ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਜੋ ਸਭਾ ਉਹਨਾਂ ਨੇ ਕਾਂਸ਼ੀ ਟੀਵੀ ਜੋ ਵੀਨਸ ਟੀਵੀ ਦੇ ਉੱਤੇ ਚਾਲੂ ਕੀਤਾ ਅਤੇ ਸਭਾ ਵੱਲੋਂ ਮੈਂ ਆਪਣੀ ਸਭਾ ਵੱਲੋਂ ਪਹਿਲਾਂ ਉਹਨਾਂ ਨੂੰ ਵਧਾਈ ਦਿੰਦਾ ਹੋਇਆ ਇਹ ਗੱਲ ਆਪ ਜੀ ਨੂੰ ਦੱਸਣੀ ਚਾਹੂੰਗਾ। ਜੋ ਸ਼ੌਂਕੀ ਜੀ ਨੇ ਸਾਡੇ ਤੋਂ ਪੁੱਛੀ ਹੈ ਕਿ ਅਸੀਂ ਜਹਾਜ਼ ਦੀ ਜੋ ਸਪੀਡ ਹੈ ਉਹ 800 ਦੀ ਰਫ਼ਤਾਰ ਦੇ ਨਾਲ ਹੋ ਸਕਦੀ ਹੈ, ਪਰ ਸਾਨੂੰ ਤਾਂ ਹਜ਼ਾਰਾਂ ਦੀ ਰਫ਼ਤਾਰ ਦੇ ਨਾਲ ਹੋਰ ਵੱਧ ਜਾ ਕੇ ਚੱਲਣਾ ਚਾਹੀਦਾ, ਜੋ ਕਿ ਸਾਡਾ ਜੋ ਮਿਸ਼ਨ ਹੈ, ਜੋ ਸਾਡਾ ਮਿਸ਼ਨ ਹੈ ਉਸ ਮਿਸ਼ਨ ਨੂੰ ਦੱਬਿਆ ਗਿਆ। ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਦੱਬਿਆ ਗਿਆ, ਸਤਿਗੁਰੂ ਕਬੀਰ ਜੀ ਦੇ ਮਿਸ਼ਨ ਨੂੰ ਦੱਬਿਆ ਗਿਆ, ਸਤਿਗੁਰੂ ਨਾਮਦੇਵ ਜੀ ਦੇ ਮਿਸ਼ਨ ਨੂੰ ਦੱਬਿਆ ਗਿਆ। ਇਹਨਾਂ ਦੇ ਮਹਾਂਪੁਰਸ਼ਾਂ ਦਾ ਜੋ ਮਿਸ਼ਨ ਸੀ ਇਹਨਾਂ ਨੂੰ ਅਸੀਂ ਜੇ ਦੁਨੀਆਂ ਦੇ ਉੱਤੇ ਫੈਲਾਉਣਾ ਹੈ ਤਾਂ ਸਾਨੂੰ ਪੜ੍ਹੇ ਲਿਖੇ ਸਮਾਜ ਦੀ ਲੋੜ ਹੈ ਅਤੇ ਸਾਨੂੰ ਇਹ ਰਫ਼ਤਾਰ ਇੰਨੀ ਤੇਜ਼ ਕਰ ਦੇਣੀ ਚਾਹੀਦੀ ਹੈ ਕਿ ਉਹ ਜਿਹਨਾਂ ਲੋਕਾਂ ਨੇ ਇਹਨਾਂ ਮਹਾਂਪੁਰਸ਼ਾਂ ਦੇ
ਜੋ ਮਿਸ਼ਨ ਸੀ ਦਬਾਇਆ ਹੈ, ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਉਹਨਾਂ ਦੀ ਲਾਡਲੀ ਫੌਜ, ਉਹਨਾਂ ਦੇ ਲਾਡਲੇ ਪੁੱਤ ਹਾਲੇ ਇਸ ਧਰਤੀ ਦੇ ਉੱਤੇ ਜੀਂਦੇ ਹੈ, ਉਹਨਾਂ ਦੇ ਉਪਦੇਸ਼ ਨੂੰ ਫੈਲਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੇ। ਕਲੇਰ ਜੀ, ਆਪਣੇ ਸ਼ਿੰਦਾ ਕੌਲਧਰ ਜੀ, ਇਹਦੇ ਨਾਲ ਹੀ ਗੱਲ ਨੂੰ ਪੂਰੀ ਕਰੋ। ਇਹ ਇੰਗਲੈਂਡ 'ਚੋਂ ਚੈਨਲ ਸ਼ੁਰੂ ਕੀਤਾ ਗਿਆ, ਤੁਸੀਂ ਇਟਲੀ ਦੀਆਂ ਸੰਗਤਾਂ ਜਾਂ ਯੂਰਪ ਦੀਆਂ ਸੰਗਤਾਂ ਇਹਨੂੰ ਕਿਵੇਂ ਸਹਿਯੋਗ ਦਿਓਗੇ? ਜੋ ਯੂਰਪ ਦੀਆਂ ਜਿੰਨੀਆਂ ਵੀ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਔਰ ਜਿੰਨੀ ਵੀ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਹੈ, ਉਹਨਾਂ ਨੂੰ ਬਹੁਤ ਖੁਸ਼ੀ ਹੈ। ਬਹੁਤ ਚਿਰਾਂ ਤੋਂ ਅਸੀਂ ਵੀ ਆਪਣੇ ਜਿੰਨੇ ਵੀ ਪ੍ਰੋਗਰਾਮ ਆਉਂਦੇ ਸੀ ਉਹਨਾਂ ਦੇ ਵਿੱਚ ਮੰਗ ਕਰਦੇ ਸੀ ਕਿ ਸਾਡਾ ਕੋਈ ਟੀਵੀ ਹੋਣਾ ਚਾਹੀਦਾ, ਮੀਡੀਆ ਹੋਣਾ ਚਾਹੀਦਾ ਹੈ। ਅੱਜ ਸਾਡਾ ਫਰਜ਼ ਬਣਦਾ ਯੂਰਪ ਦੇ ਸਾਰੇ ਲੋਕਾਂ ਦਾ ਔਰ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦਾ ਕਿ ਅਸੀਂ ਵੱਧ ਚੜ ਕੇ ਪੈਸੇ ਵੱਲੋਂ ਹਿੱਸਾ ਪਾਈਏ ਤਾਂ ਜੋ ਇਕਾਂਸ਼ੀ ਟੀਵੀ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕੇ। ਔਰ ਪੈਸੇ ਦੇ ਬਿਨਾਂ ਕੋਈ ਵੀ ਜਿਹੜਾ ਕੰਮ ਹੈ ਉਹ ਕਾਮਯਾਬ ਨਹੀਂ ਹੁੰਦਾ। ਅਸੀਂ ਸੰਤ ਸਰਬਨਦਾਸ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਇਕਾਂਸ਼ੀ ਟੀਵੀ ਨੂੰ ਕਾਮਯਾਬ ਬਣਾਉਣ ਦੇ ਲਈ ਦਿਨ ਰਾਤ ਇੱਕ ਕਰਾਂਗੇ ਜੀ। ਸ਼ਿੰਦਾ ਕੌਲਧਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਇਹਦੇ ਨਾਲ ਨਾਲ ਅਸੀਂ ਤੁਹਾਡੇ ਤੋਂ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਤੁਸੀਂ ਜਿੱਥੇ ਯੂਰਪ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਭੇਜ ਰਹੇ ਹੋ, ਉੱਥੇ ਸੇਵਾਵਾਂ ਕਰ ਰਹੇ ਹੋ, ਇਹ ਜੋ ਆਪਣਾ ਪਲੇਟਫਾਰਮ ਬਣਿਆ ਔਰ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ, ਸਾਰੀ ਰਵਿਦਾਸੀਆ ਕੌਮ ਦੇ ਸਹਿਯੋਗ ਦੇ ਨਾਲ, ਔਰ ਜਿਹੜੇ ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਆ ਉਹ ਸਾਰਿਆਂ ਦਾ ਸਾਂਝਾ ਮਿਸ਼ਨ ਹੈ। ਸਵਾਮੀ ਵਾਲਮੀਕ ਜੀ ਮਹਾਰਾਜ ਜੀ ਦੇ ਜਿੰਨੇ ਵੀ ਸ਼ਰਧਾਲੂ ਸਾਡੇ ਭਰਾ ਆ, ਅਸੀਂ ਉਹਨਾਂ ਨਾਲ ਵੀ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਆਪਣਾ ਪ੍ਰੋਗਰਾਮ, ਮਹਾਰਾਜ ਦਾ ਪ੍ਰੋਗਰਾਮ ਆ ਰਿਹਾ ਔਰ ਦੁਸਹਿਰੇ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਹੋਏਗਾ। ਅਸੀਂ ਚਾਹਾਂਗੇ ਕਿ ਸਵਾਮੀ ਵਾਲਮੀਕ ਜੀ ਦੇ ਜਿੰਨੇ ਵੀ ਸੇਵਾਦਾਰ ਸਾਡੇ ਨਾਲ ਇੱਥੇ ਬੈਠ ਕੇ ਸਵਾਮੀ ਵਾਲਮੀਕ ਜੀ ਦੇ ਮਿਸ਼ਨ 'ਤੇ ਅਸੀਂ ਸਾਂਝੀਆਂ ਗੱਲਾਂ ਕਰਾਂਗੇ ਕਿ ਗੁਰੂ ਰਵਿਦਾਸ ਮਾਸ ਜੀ ਅਤੇ ਸਤਿਗੁਰੂ ਸਵਾਮੀ ਵਾਲਮੀਕ ਜੀ ਦਾ ਮਿਸ਼ਨ ਇੱਕ ਹੈ, ਅਸੀਂ ਇਹਨਾਂ ਨਾਲ ਲੈ ਕੇ ਚੱਲਾਂਗੇ। ਇੰਨਾ ਜੋਸ਼ ਕੌਮ 'ਚ ਅੱਜੇ ਹੀ ਆਉਣਾ ਸ਼ੁਰੂ ਹੋ ਗਿਆ ਅਤੇ ਗੁਰੂ ਦੇ ਪਿਆਰਿਓ ਅਤੇ ਆਪਣਾ ਤਾਂ ਕੰਮ ਫਤਿਹ ਆ। ਆਓ ਬ੍ਰੇਕ ਤੋਂ ਬਾਅਦ ਫਿਰ ਆਪਣੀ ਕੌਮ ਦੇ ਵਿੱਚ ਇਹੋ ਜਿਹਾ ਜੋਸ਼ ਲਿਆਈਏ ਕਿ ਜਿਹੜਾ ਕੰਮ ਅਸੀਂ ਆਰੰਭਿਆ ਹੋਸ਼ ਅਤੇ ਜੋਸ਼ ਦੇ ਨਾਲ ਅਸੀਂ ਉਹਨੂੰ ਅਗਾਂਹ ਲੈ ਕੇ ਚੱਲੀਏ। ਇਸ ਵੇਲੇ ਸਟੂਡੀਓ ਦੇ ਵਿੱਚ ਮੇਰੇ ਨਾਲ ਪਤਵੰਤਿਆਂ ਦੇ ਵਿੱਚੋਂ ਜਿਹੜੀਆਂ ਸੰਗਤਾਂ ਬਾਹਰੋਂ ਵੀ ਆਈਆਂ ਔਰ ਇੱਥੇ ਵੀ ਹੈਗੀਆਂ ਨੇ, ਮੇਰੇ ਵੀਰ ਹੰਸਰਾਜ ਜੱਖੂ ਜੀ ਜਿਹੜੇ ਕਿ ਪੇਸ਼ੇ ਪੱਖੋਂ ਚਾਰਟਰਡ ਅਕਾਊਂਟੈਂਟ ਨੇ ਔਰ ਇਹਨਾਂ ਦੀਆਂ ਗੁਰੂ ਰਵਿਦਾਸ ਮਾਸ ਜੀ ਦੇ ਪ੍ਰਤੀ ਬਹੁਤ ਸੇਵਾਵਾਂ ਨੇ। ਸਾਡੇ ਸਤਿਕਾਰਯੋਗ ਬਜ਼ੁਰਗ ਚਮਨ ਲਾਲ ਜੀ ਜਿਹੜੇ ਕਿ ਲਖਨਊ ਦੇ ਵਿੱਚ ADGP ਰਹਿ ਚੁੱਕੇ ਨੇ ਔਰ ਇਹ ਅਫਸਰ ਹੁੰਦਿਆਂ ਹੋਇਆਂ ਇਹਨਾਂ ਨੇ ਆਪਣੇ ਇਸ਼ਟ ਨੂੰ ਗੁਰੂ ਰਵਿਦਾਸ ਮਾਸ ਜੀ ਨੂੰ ਮੱਦੇਨਜ਼ਰ ਰੱਖ ਕੇ ਸੰਸਾਰ ਦੇ ਵਿੱਚ ਸਾਰੇ ਕੰਮ ਕੀਤੇ ਨੇ। ਇਹਨਾਂ ਨੂੰ ਵੀ ਅਸੀਂ ਇੰਗਲੈਂਡ ਵੱਲੋਂ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਵੱਲੋਂ ਜੀ ਆਖਦੇ ਹਾਂ। ਨਾਲ ਹੀ ਰਾਜ ਬੰਗੜ ਜੀ ਜਿਹੜੇ ਕਿ ਅੱਜ ਦੇ ਇਸ ਸਮੇਂ ਦੇ ਨੌਜਵਾਨ ਨੇ, ਕਿਉਂਕਿ ਕਹਿੰਦੇ ਆ ਕਿ ਨੌਜਵਾਨਾਂ ਨੂੰ ਅੱਗੇ ਲਿਆਉਣ ਵਾਸਤੇ ਸਾਨੂੰ ਤਜਰਬੇ ਦੀ ਵੀ ਲੋੜ ਆ ਅਤੇ ਇਹਨਾਂ ਨੂੰ ਕੈਮਰੇ ਦੇ ਮੂਹਰੇ ਲਿਆ ਕੇ ਤਜਰਬੇ 'ਚ ਲਿਆਂਦਾ ਜਾ ਰਿਹਾ। ਸੋ ਇਸ ਵੀਰ ਦੀਆਂ ਔਰ ਇਸ ਪਰਿਵਾਰ ਦੀਆਂ ਔਰ ਇਹਨਾਂ ਦੇ ਮਾਤਾ ਪਿਤਾ ਦੀਆਂ ਗੁਰੂ ਰਵਿਦਾਸ ਮਾਸ ਜੀ ਦੇ ਪ੍ਰਤੀ ਔਰ ਧਰਮ ਦੇ ਪ੍ਰਤੀ ਬਹੁਤ ਸੇਵਾਵਾਂ ਨੇ।
ਜੀ ਹਾਂ ਜੀ ਵੰਗੜ ਜੀ, ਸਤਿਕਾਰਯੋਗ ਓਮ ਪ੍ਰਕਾਸ਼ ਬਾਘਾ ਜੀ ਜਿਹੜੇ ਇੰਗਲੈਂਡ 'ਚ ਪਿਆਰ ਧਰਦਿਆਂ ਹੀ ਜਦੋਂ ਇਹ ਪਹਿਲੀ ਉਮਰੇ ਇੱਥੇ ਆਏ ਨੇ, ਇਹ ਆਪਣਾ ਵਿਰਸਾ ਗੁਰੂ ਰਵਿਦਾਸ ਮਾਈ ਦਾ ਉਹ ਪਿਆਰ ਉਹ ਸਤਿਕਾਰ ਜਿਹੜਾ ਪੰਜਾਬ ਵਿੱਚ ਇਹਨਾਂ ਦੇ ਹਿਰਦੇ ਵਿੱਚ ਸੀ ਉਹ ਇੱਥੇ ਲੈ ਕੇ ਆਏ ਨੇ। ਇੱਥੇ ਆਉਂਦਿਆਂ ਗੁਰੂ ਘਰਾਂ ਦੀ ਸੇਵਾ ਕੀਤੀ, ਇਹ ਅੱਜ ਵੀ ਬੈਡਫੋਰਡ ਦੇ ਵਿੱਚ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਨੇ, ਪਿਛਲੇ 8-10 ਸਾਲਾਂ ਤੋਂ ਪ੍ਰਧਾਨ ਚੱਲੇ ਆ ਰਹੇ ਨੇ, ਔਰ ਸੰਗਤਾਂ ਵੀ ਉਹਨਾਂ ਨੂੰ ਪਿਆਰ ਕਰਦੀਆਂ ਨੇ ਜੋ ਗੁਰੂ ਦੇ ਚਰਨਾਂ ਨਾਲ ਇੱਕ ਮਨ ਇੱਕ ਚਿੱਤ ਜੁੜ ਕੇ ਪਿਆਰ ਕਰਦਾ। ਸੋ ਮੈਂ ਬੇਨਤੀ ਕਰਦਾ ਬਾਘਾ ਜੀ, ਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਸਾਰ ਦੇ ਵਿੱਚ ਅੱਜ ਇੱਕ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਵੀ ਗੁਰੂ ਰਵਿਦਾਸ ਮਹਾਰਾਜ ਦੇ 40 ਸ਼ਬਦ ਹੈ, ਪਰ ਜੇ ਮੈਂ ਘਰ ਇਤਿਹਾਸ ਪੜ੍ਹਿਆ ਜਿੰਨਾ ਕੁ ਪੜ੍ਹਿਆ ਉਹਦੇ ਮੁਤਾਬਕ ਦੇਖਿਆ ਤੇ ਗੁਰੂ ਰਵਿਦਾਸ ਮਹਾਰਾਜ ਦੇ 40 ਸ਼ਬਦਾਂ ਤੋਂ ਇਲਾਵਾ ਤਾਂ ਇਤਿਹਾਸ ਇੰਨਾ ਜਿਹਨੂੰ ਅੱਜ ਤੱਕ ਕਿਸੇ ਨੇ ਸਾਹਮਣੇ ਨਹੀਂ ਲਿਆਂਦਾ। ਕਿ ਆਪਾਂ ਸਿਰਫ ਉਹ ਲੋਕ ਜਿਹੜੇ 40 ਸ਼ਬਦ ਹੀ ਸਾਨੂੰ ਦੇ ਕੇ ਸੰਤੁਸ਼ਟ ਹੋ ਕੇ ਬੈਠੇ ਨੇ, ਕੀ ਅਸੀਂ ਇਹਨਾਂ ਤੋਂ ਉੱਪਰ ਉੱਠ ਕੇ ਵੀ ਆਪਣੇ ਗੁਰੂ ਰਵਿਦਾਸ ਮਾਈ ਦੀ 150 ਸਾਲਾਂ ਦੀ ਕਿਰਤ ਕਮਾਈ ਨੂੰ 40 ਸ਼ਬਦਾਂ ਵਿੱਚ ਨਾ ਬੰਦ ਕਰੀਏ? ਇਹਨਾਂ ਦੀ 150 ਸਾਲਾਂ ਦੀ ਜਿਹੜੀ ਆਜੂ ਆ ਉਹਦੇ ਵਿੱਚ ਜਿੰਨੀ ਇਹਨਾਂ ਦੀ ਕਾਰਗੁਜ਼ਾਰੀ ਕੌਮ ਦੇ ਪ੍ਰਤੀ ਜਾਂ ਨਿਰੰਕਾਰ ਦੇ ਪ੍ਰਤੀ ਜਿਹੜੀ ਇਹਨਾਂ ਨੂੰ ਬਾਣੀ ਨਿਰੰਕਾਰ ਤੋਂ ਆਕਾਸ਼ ਬਾਣੀ ਹੋਈ ਆ ਉਹਦੇ ਸੰਬੰਧ ਵਿੱਚ ਆਪ ਜੀ ਕੀ ਕਹਿਣਾ ਚਾਹੁੰਦੇ? ਜੈ ਗੁਰਦੇਵ ਜੀ। ਪਹਿਲਾਂ ਤਾਂ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਟ ਇਹਨਾਂ ਸਾਰਿਆਂ ਹੀ ਪੁਤਵੰਤਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਜਿਹੜਾ ਉਪਰਾਲਾ ਕੀਤਾ ਹੈ, ਇਹ ਸਾਨੂੰ ਇਸ ਦੀ ਜ਼ਰੂਰਤ ਸੀ। ਇਹ ਉਪਰਾਲਾ ਬੜੇ ਚਿਰਾਂ ਤੋਂ ਹਰ ਇੱਕ ਮਨੁੱਖਤਾ ਨੂੰ ਮਨਾਂ 'ਚ ਸੀ, ਪਰ ਜਿਹੜਾ ਇਹ ਉਪਰਾਲਾ ਮੇਰੇ ਵੀਰਾਂ ਨੇ ਕੀਤਾ ਹੈਗਾ, ਇਹ ਵਧਾਈ ਦੇ ਪਾਤਰ ਹਨ। ਸ਼ੌਂਕੀ ਸਾਹਿਬ ਨੇ ਇੱਕ ਬੜਾ ਅੱਛਾ ਸਵਾਲ ਪੁੱਛਿਆ ਹੈ ਵੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੋ ਬਾਣੀ ਹੈ ਉਹ ਉਹਨਾਂ ਦੇ 40 ਸ਼ਬਦ ਅਤੇ ਇੱਕ ਸ਼ਲੋਕ ਹੀ ਨਹੀਂ ਹੈ, ਉਹਨਾਂ ਦੀ ਬਾਣੀ ਬੇਅੰਤ ਹੈ ਜਿਹੜੀ ਕਿ ਬਾਹਰ ਹੋ ਸਕਦਾ ਯੂਨੀਵਰਸਿਟੀਆਂ ਵਿੱਚ ਪਈ ਹੋਵੇ, ਕਿਸੇ ਧਰਮ ਸਥਾਨਾਂ ਵਿੱਚ ਪਈ ਹੋਵੇ, ਉਹਨਾਂ ਲਈ ਸਾਨੂੰ ਉਪਰਾਲਾ ਕਰਨ ਦੀ ਲੋੜ ਹੈ। ਜਦੋਂ ਕਿਸੇ ਚੀਜ਼ ਨੂੰ ਟੋਲਣਾ ਹੋਵੇ ਉਹਦੇ ਲਈ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ। ਉਪਰਾਲਾ ਕਰਨ ਲਈ ਸਾਨੂੰ ਵਿਦਵਾਨ ਪੜ੍ਹੇ ਲਿਖੇ ਉਸ ਚੀਜ਼ ਨੂੰ ਸਮਝਦੇ ਹੋਣ, ਉਹਨਾਂ ਨੂੰ ਇਨਸਾਨਾਂ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਬੜੇ ਬੜੇ ਚੰਗੇ ਚੰਗੇ ਜੋ ਸ਼ਬਦ ਦਿੱਤੇ ਹਨ, ਐਸੀ ਲਾਲ ਤੁਦਮਿਨ ਕੌਣ ਕਰੇ ਗਰੀਬ ਸਦੇ ਮਸਤਰੇ, ਇਹ ਜਿਹੜੀ ਸ਼ਬਦ ਹਨ ਸਤਿਗੁਰੂ ਰਵਿਦਾਸ ਮਹਾਰਾਜ ਦੇ ਇਹ ਸਾਨੂੰ ਜੋੜਦੇ ਹਨ। ਜਦੋਂ ਜੋੜਦੇ ਹਨ ਤੇ ਸਾਡਾ ਆਪਣਾ ਆਪ ਹੀ ਉਹਨਾਂ ਵਿੱਚ ਮਨ ਚੁੱਕ ਜਾਂਦਾ ਹੈ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਬੜੀ ਬੇਅੰਤ ਹੈ, ਉਸਨੂੰ ਇਕੱਠੇ ਕਰਨ ਦੀ ਜ਼ਰੂਰਤ ਹੈਗੀ ਆ। ਇੱਕ ਵਾਰੀ ਫਿਰ ਬੀਨਸ ਟੈਲੀਵਿਜ਼ਨ ਦਾ ਔਰ ਹਰਬੰਸ ਲਾਲ ਜੀ ਸ਼ੌਂਕੀ ਜਿਹੜੇ ਸਾਡੀ ਕੌਮ ਦੇ ਉੱਭਰਦੇ ਸਦਾਰੇ ਹਨ, ਇਹਨਾਂ ਨੂੰ ਵੀ ਲੱਖ ਲੱਖ ਵਧਾਈ। ਧੰਨਵਾਦ। ਜੈ ਗੁਰਦੇਵ ਜੀ। ਬਾਘਾ ਜੀ, ਰਾਜ ਬੰਗੜ ਜੀ, ਹਮੇਸ਼ਾ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਨੌਜਵਾਨ ਦੇ ਅੰਦਰ ਬੜਾ ਪਿਆਰ ਹੈ, ਪਰ ਅਸੀਂ ਵੀ ਚਾਹੁੰਦੇ ਹਾਂ ਕਿ ਹਰ ਸਮਾਜ ਹਰ ਕੌਮ ਦਾ ਭਵਿੱਖ ਨੌਜਵਾਨ ਹੈ। ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਨੌਜਵਾਨਾਂ ਦੇ ਲਈ
ਸਭ ਤੋਂ ਪਹਿਲਾਂ ਗੁਰੂ ਰਵਿਦਾਸ ਮਾਈ ਦੀ ਫਿਲੋਸਫੀ ਨੂੰ ਪੜ੍ਹਨਾ ਜ਼ਰੂਰੀ ਹੈ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਵੀ ਜਿੰਨਾ ਤੱਕ ਤੁਹਾਡੇ ਕੋਲ ਤਜਰਬਾ, ਤੁਸੀਂ ਜੰਮੇ ਵੀ ਉਸ ਪਰਿਵਾਰ 'ਚ ਹਾਂ ਜਿੱਥੇ ਗੁਰੂ ਰਵਿਦਾਸ ਮਾਈ ਦਾ ਪੈਰਾ, ਪੈਦਾ ਵੀ ਉਸ ਵਾਤਾਵਰਨ 'ਚ ਹੋਏ ਹਾਂ, ਤੁਸੀਂ ਆਪਣੇ ਤਜਰਬੇ ਪੱਖੋਂ ਗੁਰੂ ਰਵਿਦਾਸ ਮਾਈ ਦੀ ਫਿਲੋਸਫੀ ਬਾਰੇ ਕੀ ਕਹਿਣਾ ਚਾਹੋਗੇ? ਜੈ ਗੁਰਦੇਵ, ਜੈ ਗੁਰਦੇਵ। ਜੋ ਗੁਰੂ ਰਵਿਦਾਸ ਦੀ ਫਿਲੋਸਫੀ ਹੈ ਉਹ ਹੈ, ਮੇਰੇ ਖਿਆਲ ਨਾਲ ਜੋ ਮੈਨੂੰ ਸਿਖਾਲਿਆ ਗਿਆ ਆ ਕਿ ਹੈ ਇਕੁਆਲਿਟੀ, ਰਾਈਟ, ਕਿ ਸਭ ਬਰਾਬਰ ਹੈ, ਸਭ ਇੱਕ ਇੱਕ ਜਗ੍ਹਾ 'ਤੇ ਹੈ। ਬਸ ਇੰਨਾ ਸਿਖਾਲਿਆ ਗਿਆ, ਔਰ ਸਿਖਾਲਿਆ ਗਿਆ ਕਿ ਏਕਤਾ ਨਾਲ ਰਹੋ, ਰਾਈਟ, ਕਿ ਜੁਦੇ ਨਾ ਹੋ। ਐਂਡ ਤੁਸੀਂ ਅੱਜ ਦੇਖੋ ਆਲੇ ਦੁਆਲੇ ਇੱਥੇ ਜੋ ਆਏ ਆ, ਅੱਜ ਜੋ ਸੁਪਨਾ ਸੀਗਾ ਗੁਰੂ ਰਵਿਦਾਸ ਦਾ ਉਹ ਅੱਜ ਪੂਰਾ ਹੋ ਰਿਹਾ ਆ। ਤੁਸੀਂ ਦੇਖੋ ਆਲੇ ਦੁਆਲੇ, ਹੈ ਨਾ, ਜੋ ਡਾਕਟਰ ਸਾਹਿਬ ਦਾ ਸੀਗਾ ਸੁਪਨਾ ਉਹ ਵੀ ਅੱਜ ਪੂਰਾ ਹੋ ਰਿਹਾ ਆ, ਰਾਈਟ। ਇੰਨਾ ਕਹਿੰਦਾ ਹੈ ਕਿ ਥੈਂਕ ਯੂ ਵੈਰੀ ਮੱਚ ਸ਼ੌਂਕੀ ਸਾਹਿਬ ਦਾ, ਐਂਡ ਬਾਕੀ ਜਿਨ੍ਹਾਂ ਨੇ ਉਪਰਾਲਾ ਕੀਤਾ ਆ, ਥੈਂਕ ਯੂ ਵੈਰੀ ਮੱਚ। ਜੈ ਗੁਰਦੇਵ। ਸਟੂਡੀਓ ਦੇ ਵਿੱਚ ਗੁਰੂ ਦੇ ਪਿਆਰਿਓ, ਬਹੁਤ ਸਾਰੇ ਫੋਨ ਆ ਰਹੇ ਯੂਰਪ ਦੇ ਵਿੱਚੋਂ, ਇੰਡੀਆ ਵਿੱਚੋਂ ਵੀ ਫੋਨ ਆਏ ਆ। ਜਿਹੜੀਆਂ ਸੰਗਤਾਂ, ਜਿਹੜੇ ਗੁਰੂ ਦੇ ਪਿਆਰੇ ਪ੍ਰੋਗਰਾਮ ਦੇਖ ਰਹੇ ਨੇ, ਵਧਾਈਆਂ ਭੇਜ ਰਹੇ ਨੇ। ਗੁਰੂ ਦੇ ਪਿਆਰਿਓ, ਇਹ ਵਧਾਈਆਂ ਗੁਰੂ ਰਵਿਦਾਸ ਮਾਈ ਦੀਆਂ ਵਧਾਈਆਂ ਨੇ। ਇਹ ਉਹਨੂੰ ਮਹਾਰਾਜ ਨੂੰ ਸੀਸ ਝੁਕਾਈਏ ਜਿਹਦੇ ਸਿਰ 'ਤੇ ਸਾਨੂੰ ਵਧਾਈਆਂ ਮਿਲ ਰਹੀਆਂ ਨੇ। ਮੈਂ ਹੁਣ ਬੇਨਤੀ ਕਰਦਾ ਸਾਡੇ ਪੁਲਿਸ ਮਹਿਕਮੇ ਦੇ ਵਿੱਚ IPS ਗਜ਼ਟਡ ਪੋਸਟ ਤੋਂ ਰਿਟਾਇਰ ਹੋਏ ਨੇ ਐਡੀਸ਼ਨਲ DG ਚਮਨ ਲਾਲ ਜੀ, ਤੁਸੀਂ ਅਫਸਰ ਵੀ ਰਹੇ ਹੋ ਔਰ ਗੁਰੂ ਰਵਿਦਾਸ ਮਾਈ ਦੇ ਸ਼ਰਧਾਲੂ ਵੀ ਹੋ। ਤੁਸੀਂ ਉਸ ਜਗ੍ਹਾ 'ਤੇ ਰਹੇ ਹੋ ਜਿੱਥੇ ਸਤਿਗੁਰੂ ਰਵਿਦਾਸ ਮਾਈ ਨੇ ਪ੍ਰਕਾਸ਼ ਤਿਆਰ ਕੀਤਾ। ਅਤੇ ਮੈਂ ਇਹ ਗੱਲ ਕਹਾਂਗਾ ਕਿ ਗੁਰੂ ਰਵਿਦਾਸ ਮਾਈ ਦੇ ਤੁਹਾਡੇ 'ਤੇ ਕਿੰਨੀਆਂ ਕੁ ਬਖਸ਼ਿਆ ਜਿਹੜੇ ਤੁਸੀਂ IPS ਬਣ ਕੇ ਆਏ ਹੋ। ਜੈ ਗੁਰਦੇਵ। ਮੈਂ ਸਭ ਤੋਂ ਪਹਿਲਾਂ ਤਾਂ ਸ਼੍ਰੀ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਦੇ ਵਰਕਰਸ, ਉਹਦੇ ਪਦਾਧਿਕਾਰੀ ਸਭ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਇਸ ਮਿਸ਼ਨ ਨੂੰ, ਜਿਹੜਾ ਬਹੁਤ ਸਮੇਂ ਤੋਂ ਆਪਣੀ ਆਵਾਜ਼ ਰੱਖਣ ਲਈ ਅਸੀਂ ਵੰਚਿਤ ਸੀ, ਉਹ ਪੂਰਾ ਅੱਜ ਹੋ ਰਿਹਾ। ਮੈਂ ਇੰਨੀ ਗੱਲ ਕਹਿ ਸਕਦਾ ਕਿ ਜਿਹੜਾ ਗੁਰਦਾਸ ਮਹਾਰਾਜ ਦਾ ਵੀ ਸ਼ਬਦ ਅਸੀਂ ਅੱਜ ਉਦਘਾਟਨ ਸਮੇਂ 'ਤੇ ਸੁਣਿਆ, ਮਾਥੇ ਛਤਰ ਧਰੇ, ਮੈਂ ਉਹਦਾ ਜੀਦਾ ਜਾਂਦਾ ਉਦਾਹਰਣ ਬੈਠਾ। ਗੁਰਦਾਸ ਮਹਾਰਾਜ ਨੇ ਆਪਣੀ ਬਾਣੀ 'ਚ ਕਿਹਾ ਕਿ ਅਵਿਦਿਆ ਅਹਿਤਕੀਨ ਵਿਵੇਕ ਦੀਪ ਮਲੀਨ, ਕਿ ਅਵਿਦਿਆ ਜਿਹੜੀ ਆ ਇਹ ਤੋਂ ਜਦ ਤੱਕ ਅਸੀਂ ਬਾਹਰ ਨਿਕਲ ਕਰਕੇ ਗਿਆਨ ਨਹੀਂ ਅਰਜਿਤ ਕਰਾਂਗੇ, ਨੌਲੇਜ ਨਹੀਂ ਅਰਜਿਤ ਕਰਾਂਗੇ, ਤਦ ਤੱਕ ਅੱਗੇ ਨਹੀਂ ਵੜ ਪਾਵਾਂਗੇ। ਔਰ ਕਹਾਵਤ ਹੈ, ਨੌਲੇਜ ਇਜ਼ ਪਾਵਰ। ਜੇ ਤੁਹਾਡੇ ਕੋਲ ਨੌਲੇਜ ਹੈ ਤਾਂ ਪਾਵਰ ਹੈ। ਮੈਂ IPS ਬਣਿਆ ਔਰ ਐਸੀ ਕਿਰਪਾ ਹੋਈ ਕਿ ਬਨਾਰਸ ਨਗਰੀ ਦਾ ਹੀ ਮੈਂ ਪੁਲਿਸ ਮੁਖੀਆ ਬਣਿਆ। ਇਹ ਮੇਰੇ ਲਈ ਬਹੁਤ ਸੁਭਾਗਿਆ ਦੀ ਗੱਲ ਹੈ। ਔਰ ਬਨਾਰਸ ਨਗਰੀ ਦਾ ਹੀ ਮੈਂ DIG ਰੇਂਜ ਬਣਿਆ। ਗੁਰੂ ਘਰ ਦੀ ਸੇਵਾ ਕਰਨ ਦੇ ਵਿੱਚ ਇੱਕ ਇਨਡਾਇਰੈਕਟਲੀ ਮੈਨੂੰ ਇੱਕ ਅਫਸਰ ਮਿਲਿਆ। ਔਰ ਨਾਲ ਹੀ ਗੁਰਦਾਸ ਜੀ ਬਾਣੀ ਦਾ ਜਿਹੜਾ ਸਲੋਕ, ਪਰਾਧੀਨਤਾ ਪਾਪ ਹੈ, ਜਾਨ ਰਿਓ ਰੇ ਮੀਤ, ਰਵਿਦਾਸ ਦਾਸ ਪਰਾਧੀਨ ਸੇ ਕੋਈ ਨਾ ਕਰੇ ਹੈ ਪ੍ਰੀਤ। ਇਹ ਪਰਾਧੀਨਤਾ ਦੀ ਭਾਵਨਾ ਜਿਹੜੀ, ਇਹ ਖਤਮ ਕਰਨ ਲਈ ਇਸ ਉਦੇਸ਼ ਨੂੰ
ਆਪਣੇ ਸਰਵਿਸ ਰਹਿੰਦੇ ਹੋਇਆ, ਰਿਟਾਇਰਮੈਂਟ ਹੁੰਦੇ ਹੋਇਆ ਲੋਕਾਂ 'ਚ ਇਹ ਸੰਦੇਸ਼ ਪਹੁੰਚਾਉਣ ਲਈ ਹਰ ਪ੍ਰਯਾਸ ਕੀਤਾ। ਔਰ ਨਾਲ ਹੀ ਨਾਲ ਇਹ ਉਪਦੇਸ਼ ਕਿ ਦੇਖੋ ਤੁਹਾਨੂੰ ਇਹ ਪੋਜੀਸ਼ਨ 'ਚ ਰੱਖਿਆ ਗਿਆ ਹੀਨ ਭਾਵਨਾ ਦੇ ਵਿੱਚ, ਜਿਹੜੀ ਕੌਮ ਜਿਹੜਾ ਵਿਅਕਤੀ ਦੂਜਿਆਂ ਦੀ ਨਜ਼ਰਾਂ 'ਚ ਗਿਰ ਗਿਆ ਉਹ ਉੱਠ ਸਕਦਾ, ਜਿਹੜਾ ਆਪਣੀ ਨਜ਼ਰਾਂ 'ਚ ਗਿਰ ਗਿਆ ਉਹ ਨਹੀਂ ਉੱਠ ਸਕਦਾ। ਤੁਸੀਂ ਆਪਣੀ ਨਜ਼ਰ ਨਹੀਂ ਗਿਰੇ ਹੋਏ, ਦੂਜੇ ਨਜ਼ਰ 'ਚ ਗਿਰੇ ਹੋਏ, ਉੱਠੋ, ਹੁੰਕਾਰਾ ਭਰੋ ਔਰ ਭਵਿੱਖ ਸਾਡਾ ਹੈ। ਔਰ ਅੱਜ ਭਵਿੱਖ ਦੀ ਇੱਕ ਪੜਾਅ ਸਾਡਾ ਅੱਜ ਆਇਆ ਹੈ, ਮੰਜ਼ਿਲ ਸਾਡੀ ਹਾਲੇ ਹੋਰ ਦੂਰ ਆ। ਮੈਂ ਗੁਰੂ ਮਹਾਰਾਜ ਅੱਗੇ ਕੀ ਅਰਜ਼ ਕਰੂੰਗਾ, ਇੱਕ ਅਰਜ਼ ਹੈ ਤੇਰੇ ਅੱਗੇ ਸਿਰਜਣ ਹਾਰ ਗੁਸਾਈ, ਕੋਪਕ ਨੇਰੇ ਦਿਲ ਮੇਰੇ ਨੂੰ ਤੂੰ ਪਰ ਨੂਰ ਬਣਾਈ, ਇੱਕੋ ਹੀ ਚਾਹ ਹੈ ਮੇਰੀ ਅੱਗੇ ਵੱਧਦਾ ਜਾਵਾਂ, ਮੇਰੀ ਮੰਜ਼ਿਲ ਮੇਰੇ ਪਾਸੋਂ ਦੂਰ ਹੀ ਦੂਰ ਲਿਜਾਈ। ਇਹ ਸਾਡਾ ਅੱਜ ਪੜਾਅ ਹੈ, ਹਾਲੇ ਹੋਰ ਮਹਾਰਾਜ ਦੀ ਕਿਰਪਾ ਅੱਗੇ ਹੋਰ ਅੱਗੇ ਬੜੀ ਹੈ। ਥੈਂਕ ਯੂ ਜੀ, ਜੈ ਗੁਰਦੇਵ। ਧੰਨਵਾਦ ਚਮਨ ਲਾਲ ਜੀ, ਤੁਹਾਡੀਆਂ ਆਸ਼ੀਰਵਾਦਾਂ। ਔਰ ਜਿਹੜੀ ਵੀ ਤੁਸੀਂ ਇਹ ਤੁਕਾਂਤ ਬੋਲੇ ਹੈ, ਤੁਕਾਂ ਬੋਲੀਆਂ, ਕੋਸ਼ਿਸ਼ ਹੋ ਰਹੀ ਹੈ ਕਿ ਆਪਾਂ ਇਹਨਾਂ ਤੁਕਾਂ ਦੇ ਮਗਰ ਚੱਲ ਕੇ ਉਹ ਕਿਤੇ ਆਪਾਂ ਮੰਜ਼ਿਲ 'ਤੇ ਪਹੁੰਚ ਸਕੀਏ। ਮੇਰੇ ਨਾਲ ਨੌਜਵਾਨ ਵੀ ਔਰ ਪੜ੍ਹੇ ਲਿਖੇ ਜਿਹੜੇ ਅੱਜ ਸਾਡੀ ਰਵਿਦਾਸੀਆ ਕੌਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਜਿਹਨਾਂ ਚੀਜ਼ਾਂ ਦੀ ਲੋੜ ਹੈ। ਮੈਂ ਜੱਖੂ ਜੀ ਆਪ ਜੀ ਨੂੰ ਇਹ ਪੁੱਛਾਂਗਾ ਵੀ ਤੁਸੀਂ ਇਹ ਮਿਸ਼ਨ ਸ਼ੁਰੂ ਕੀਤਾ 5-7 ਮੈਂਬਰਾਂ ਨੇ ਰਲ ਕੇ, ਤੁਹਾਡਾ ਪਿਆਰ ਤੁਹਾਡੇ ਅੰਦਰ ਉਬਾਲੇ ਮਾਰ ਰਿਹਾ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਤੀ ਹੈ। ਮੈਂ ਇੱਕ ਬੇਨਤੀ ਕਰਾਂਗਾ, ਜੋ ਵੀ ਤੁਹਾਡੇ ਦਿਲ ਦੀ ਮਨਸ਼ਾ ਸਮੁੱਚੇ ਸੰਸਾਰ ਨੂੰ ਦੱਸਣ ਦੀ ਕਿਰਪਾ ਕਰੋ। ਜੈ ਗੁਰਦੇਵ। ਸ਼ੌਂਕੀ ਸਾਹਿਬ, ਮੈਂ ਇੰਗਲਿਸ਼ ਵਿੱਚ ਹੁਣ ਗੱਲ ਕਰਨੀ ਹੈਗੀ ਹੈ, ਕਿਉਂਕਿ ਆਪਣੀ ਬਹੁਤ ਵੱਡੀ ਕਮੀ ਹੈਗੀ ਹੈ ਕਿ ਬੱਚੇ ਆਪਣੇ ਨਾਲ ਨਹੀਂ ਹੈਗੇ। ਸਿਰਫ ਜਦੋਂ ਇਹ ਸੋਚ ਰਹੇ ਸੀ ਆਪਾਂ ਕੀ ਕਰਨਾ ਹੈਗਾ ਹੈ, ਉਹ ਇਹੀ ਸੋਚ ਰਹੇ ਸੀ ਆਪਾਂ ਬੱਚਿਆਂ ਨੂੰ ਗਾਹਾਂ ਕਿੱਦਾਂ ਨਾਲ ਰਲਣਾ। ਉਹ ਮੀਡੀਆ ਥਰੂ ਹੀ ਹੋਣਾ ਹੈਗਾ, ਆਪਣੇ ਜਿਹੜੇ ਬੱਚੇ ਹੈਗੇ ਆ ਗੁਰਦੁਆਰੇ ਜਾਂਦੇ ਹੈਗੇ ਆ, ਲੇਕਿਨ ਆਪਾਂ ਉਹਨਾਂ ਨੂੰ ਸ਼ਿਕਸ਼ਾ ਨਹੀਂ ਦੇ ਰਹੇ। ਦਿਸ ਇਜ਼ ਫੋਰ ਦ ਯੰਗਸਟਰਸ, ਦੇ ਲਿਸਨਿੰਗ ਨਾਓ, ਇਸ ਇਜ਼ ਮੈਸੇਜ ਫੋਰ ਦਮ, ਵੀ ਹੈਵ ਸੈਟ ਦਿਸ ਚੈਨਲ, ਦਿਸ ਮੀਡੀਆ, ਸੋ ਦੈਟ ਯੂ ਕੈਨ ਐਕਚੁਅਲੀ ਲਿਸਨ ਟੂ ਅਸ, ਪੁੱਟ ਯੂਰ ਵਿਊਜ਼ ਥਰੂ, ਐਂਡ ਆਲਸੋ ਟੈਲ ਅਸ ਵਾਟ ਯੂਰ ਰਿਕੁਆਇਰਮੈਂਟਸ ਆਰ। I know that you're all confused about our religion, but why? Asking your parents, yes, but this is an opportunity for you to contact us and get together, raise your voices, so that we can all become one and have a TV channel of our own. And we need you as presenters, speakers, people who can actually get more information, all sorts of things. This is actually dependent on you, the children, and that's all I have to say. Thank you very much. ਮੈਂ ਹੁਣ ਗੁਰਚਰਨ ਮੱਲ ਜੀ ਨੂੰ, ਕਿਉਂਕਿ ਉਹ ਆਪਣੀ ਡਿਊਟੀ 'ਤੇ ਜਾਣਾ ਚਾਹੁੰਦੇ ਨੇ, ਮੈਂ 1-2 ਸੈਕਿੰਡ ਵਾਸਤੇ ਬੇਨਤੀ ਕਰਾਂਗਾ ਕਿ ਸਮੁੱਚੇ ਸੰਸਾਰ ਨੂੰ ਆਪਣਾ ਸੁਨੇਹਾ ਦੇਣ। ਇਹ ਮੇਰਾ ਵੀਰ ਕੁਈਨ ਅਵਾਰਡਡ ਔਰ ਇਹਨਾਂ ਦੇ ਚੇਲੇ ਗੁਰੂ ਰਵਿਦਾਸ ਮਾਈ ਦੇ ਸੇਵਕ ਇਸ ਵੇਲੇ ਵਰਲਡ ਵਾਈਡ ਢੋਲ ਦੇ ਉੱਤੇ, ਮਿਊਜ਼ਿਕ ਦੇ ਉੱਤੇ ਛਾਏ ਹੋਏ ਨੇ। ਮੈਂ ਵੀਰ ਜੀ ਨੂੰ 1 ਵਧਾਈਆਂ ਦਿੰਦਾ ਕਿ ਰਵਿਦਾਸੀਆ ਕੌਮ ਦੇ ਚੋਂ ਕੁਈਨ ਅਵਾਰਡ ਲੈਣ ਵਾਲਾ ਇੰਗਲੈਂਡ ਦੇ ਵਿੱਚ ਸਾਡਾ ਇਹ ਵੀਰ ਹੈ। ਦਾਤਾ ਤੂੰ ਨਾ
ਕਰੂ ਤੇ ਕਰੂ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਦਾਤਾ ਤੂੰ ਨਾ ਕਰੂ ਤੇ ਕਰੂ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਸਤਸੰਗ ਜੀ ਅੱਜ ਸਤਿਗੁਰੂ ਨੇ ਸਾਡੀਆਂ ਜ਼ਰੂਰਤਾਂ ਜਿਹੜੀਆਂ ਸੀਗੀਆਂ ਸਾਰੀਆਂ ਪੂਰੀਆਂ ਕਰਤੀਆਂ ਜਿਹੜੀਆਂ ਕਿ ਸਾਨੂੰ ਚੈਨਲ ਚਾਹੀਦਾ ਸੀ ਜਿਹੜੀ ਕਿ ਸਾਡੀ ਆਵਾਜ਼ ਸੀਗੀ ਉਹ ਜਾਣੀ ਕਿ ਸੰਗਤ ਤੇ ਲੋਕਾਂ ਤੇ ਤਾਂ ਛੋਟੇ ਬੱਚਿਆਂ ਤੇ ਪਹੁੰਚਾਉਣ ਵਾਸਤੇ ਜਿਹੜਾ ਮੀਡੀਆ ਬਹੁਤ ਇੰਪੋਰਟੈਂਟ ਪਾਰਟ ਕਰ ਰਿਹਾ ਆ ਇਹ ਜਾਣੀ ਕਿ ਸਾਨੂੰ ਚਾਹੀਦਾ ਸੀਗਾ ਤਾਂ ਜਿਹੜੇ ਵੀ ਜਾਣੀ ਕਿ ਸਾਡੇ ਇਸ ਮਿਸ਼ਨ ਦੇ ਜਾਣੀ ਕਿ ਸ੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਦੇ ਜਿਹੜੀ ਕਮੇਟੀ ਮੈਂਬਰ ਆ ਮੈਂ ਉਹਨਾਂ ਦਾ ਜਾਣੀ ਕਿ ਲੱਖ ਲੱਖ ਸ਼ੁਕਰ ਅਦਾ ਕਰਦਾ ਹਾਂ ਸ਼ੌਂਕੀ ਬਾਜ ਦਾ ਲੱਖ ਲੱਖ ਸ਼ੁਕਰ ਕਰਦਾ ਹਾਂ ਅਦਾ ਕਿਉਂਕਿ ਅਸੀਂ ਹੈਗੇ ਹਾਂ ਬੀਬੇ ਪੁੱਤ ਚਮਾਰਾਂ ਦੇ ਜੋ ਬੋਲੇ ਸੋ ਨਿਰਭੈ ਤਾਂ ਉਹਦੇ ਨਾਲ ਮੈਂ ਬੇਨਤੀ ਕਰਦਾ ਹੁਣ ਉਹਦੇ ਨਾਲ ਨਾਲ ਅਸੀਂ ਹੈਗੇ ਹਾਂ ਅਣਖੀ ਪੁੱਤ ਚਮਾਰਾਂ ਦੀ ਵੀ ਤਾਂ ਜਾਣੀ ਕਿ ਇਸ ਇੰਗਲੈਂਡ ਦੇ ਵਿੱਚ ਮੇਰੇ ਡੈਡੀ ਜੀ ਜਿਹੜੇ ਕਿ ਪਹਿਲੇ ਸਾਡੇ ਗੁਰੂ ਰਵਿਦਾਸੀਆਂ ਦੇ ਵਿੱਚੋਂ ਗਿਆਨੀ ਬਣੇ ਸੀਗੇ ਤਾਂ ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਥਰੂ ਮਾਈ ਆਪਣਾ ਆਰਟ ਐਂਡ ਟੀਚਿੰਗ ਵੀ ਜਿਹੜੀ ਕਿ ਮੇਰੇ ਡੈਡੀ ਦੀ ਧੰਨਵਾਦ ਜੀ ਸੀਗੀ ਉਹੀ ਜਾਣੀ ਕਿ ਮੈਂ ਜਾਣੀ ਕਰਾਂ ਸੋ ਮੇਰੇ ਵੱਲੋਂ ਸਾਰਿਆਂ ਨੂੰ ਸਾਰੀ ਮੇਰੇ ਪਾਸੋਂ ਇਟਲੀ ਤੋਂ ਅਵਤਾਰ ਸਿੰਘ ਜੀ ਨੇ ਸਮਾਂ ਸਿਰਫ ਆਪਣੇ ਕੋਲ 5 ਮਿੰਟ ਹੈ 5 ਮਿੰਟਾਂ ਦੇ ਵਿੱਚ ਜਿਹੜੇ ਬਿਜਲਾ ਰਹੇ ਆ ਮੈਂ ਬੇਨਤੀ ਕਰਾਂਗਾ ਸਿਰਫ ਵਧਾਈ ਦੇ ਕੇ ਔਰ ਉਸ ਤੋਂ ਬਾਅਦ ਮੈਂ ਚਾਹੂੰਗਾ ਵੀ ਜਿਹੜਾ ਆਪਾਂ ਪੁਆਇੰਟ ਪ੍ਰੋਪਰ ਕਰਨਾ ਮਿਸਟਰ ਅਵਤਾਰ ਸਿੰਘ ਜੀ ਇਟਲੀ ਤੋਂ ਸਭ ਸੰਗਤ ਨੂੰ ਜੈ ਗੁਰਦੇਵ ਅਸੀਂ ਇਟਲੀ ਦੀ ਸਾਰੀ ਸੰਗਤ ਵੱਲੋਂ ਸ਼੍ਰੀ ਗੁਰਦਾਸ ਇੰਟਰਨੈਸ਼ਨਲ ਮਿਸ਼ਨ ਜੋ ਅੱਜ ਕੰਛ ਟੀਵੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਅਸੀਂ ਉਹਨਾਂ ਨਾਲ ਵਾਅਦਾ ਕਰਦੇ ਹਾਂ ਕਿ ਉੱਥੇ ਕਮੇਟੀਆਂ ਆਉਂਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਲੇਕਿਨ ਇਟਲੀ ਦੀ ਜਿੰਨੀ ਵੀ ਸੰਗਤ ਆ ਉਹ ਹਮੇਸ਼ਾ ਹੀ ਉਹਨਾਂ ਦਾ ਸਾਥ ਦੇਵੇਗੀ ਔਰ ਉਹਨਾਂ ਨਾਲ ਵੱਧ ਚੜ੍ਹ ਕੇ ਉਹਨਾਂ ਨੂੰ ਡੋਨੇਸ਼ਨ ਦਿੱਤੀ ਜਾਊਗੀ ਅਸੀਂ ਬਹੁਤ ਬਹੁਤ ਇੰਗਲੈਂਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜੈ ਗੁਰਦੇਵ ਜੀ ਮਹਿਮੀ ਸਾਹਿਬ ਮੈਂ ਇਸੇ ਤਰੀਕੇ ਨਾਲ ਵਾਰੀ ਵਾਰੀ ਆਪਣੇ ਆਪ ਹੀ ਸਪੀਕਰ ਫੜਾਈ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਿਮੀ ਸਾਹਿਬ ਜੀ ਬੈਠੇ ਨੇ ਰਾਮ ਲਾਲ ਜੀ ਪੈਰਿਸ ਤੋਂ ਬੈਠੇ ਨੇ ਕਿਰਨ ਵਾਲਮੀਕੀ ਜੀ ਬੈਠੇ ਨੇ ਔਰ ਇਹਨਾਂ ਸਾਰੇ ਸੇਵਾਦਾਰਾਂ ਦੀਆਂ ਬਹੁਤ ਸੇਵਾਵਾਂ ਨੇ ਇੱਦਾਂ ਹੀ ਆਪਣੇ ਆਪ ਸਮੁੱਚੀ ਕਮੇਟੀ ਨੂੰ ਸਾਰਿਆਂ ਤੋਂ ਪਹਿਲਾਂ ਜੈ ਗੁਰਦੇਵ ਗੁਰੂ ਪਿਆਰੇ ਸਾਧ ਸਿੰਘ ਜੀਓ ਮੈਂ ਸ਼੍ਰੀ ਗੁਰਦਾਸ ਇੰਟਰਨੈਸ਼ਨਲ ਆਰਗੇਨਾਈਜ਼ ਫੋਰ ਹਿਊਮਨ ਰਾਈਟਸ ਵੱਲੋਂ ਇਸ ਜੋ ਆਪਣੇ ਟੀਵੀ ਚੈਨਲ ਸ਼ੁਰੂ ਕੀਤਾ ਗਿਆ ਸਾਰੀ ਸਮੁੱਚੀ ਕੌਮ ਨੂੰ ਲੱਖ ਲੱਖ ਅਸੀਂ ਵਧਾਈ ਦਿੰਦੇ ਹਾਂ ਤੇ ਨਾਲ ਹੀ ਅਸੀਂ ਇੱਕ ਬੇਨਤੀ ਕਰਾਂਗੇ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਜੋ ਚੈਨਲ ਹੈ ਇਸ ਦੇ ਨਾਲ ਅਸੀਂ ਸਮੁੱਚੀ ਕੌਮ ਨੂੰ ਇੱਕ ਲੜੀ ਵਿੱਚ ਪਰੋਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਸਾਡੇ ਵੀਰਵਾਰ ਬੈਠੇ ਹਨ ਅਸੀਂ ਉਹਨਾਂ ਨੂੰ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਜੈ ਗੁਰਦੇਵ ਜੈ ਗੁਰਦੇਵ ਧੰਨ ਗੁਰੂਦੇਵ ਸਭ ਤੋਂ ਪਹਿਲਾਂ ਦਾਸ ਸ਼੍ਰੀ ਰਵਿਦਾਸ ਰਵਿਦਾਸੀਆ ਕਮਿਊਨਿਟੀ ਪੈਰਿਸ ਵੱਲੋਂ ਸ਼੍ਰੀ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹੈ ਇੰਨਾ ਕਹਿੰਦਾ ਹੈ ਕਿ ਜਿੱਥੇ ਸਾਨੂੰ ਇਹ ਅੱਜ ਮੀਡੀਆ ਮਿਲਿਆ ਹੈ ਉੱਥੇ ਹੀ ਸਾਹਿਬ ਸ਼੍ਰੀ ਰਵਿਦਾਸ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਬਾਣੀ ਜਿਸ ਦਾ ਫਰਾਂਸ ਦੇ ਵਿੱਚ ਪ੍ਰਕਾਸ਼ ਹੋਇਆ ਹੈ ਸਾਨੂੰ ਆਜ਼ਾਦੀ ਦੇ ਨਾਲ ਨਾਲ ਇੱਕ ਬਹੁਤ ਵੱਡੀ ਅਨਮੁੱਲੀ ਬਾਣੀ ਵੀ ਮਿਲੀ ਹੈ ਸਾਨੂੰ ਉਸ ਦਾ ਜ਼ਿੰਦਗੀ ਦੇ ਵਿੱਚ ਲਾਹਾ ਲੈਣਾ ਚਾਹੀਦਾ ਹੈ ਇਹਨਾਂ ਕਹਿੰਦਾ ਹੋਇਆ ਦਾਸ ਜੈ ਗੁਰੂਦੇਵ ਧੰਨ ਗੁਰੂਦੇਵ ਦੇ ਨਾਲ ਸਾਨੂੰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮਨ ਇੰਨਾ ਖੁਸ਼ ਹੈ ਕਿ ਸੁਭਾਵਾਂ ਤਾਂ ਬਹੁਤ ਆ ਆਪਾਂ ਨਾਂ ਲੈਣ ਲੱਗੀਏ ਸੁਭਾਵਾਂ ਦੇ ਅਤੇ ਆਪਾਂ ਗਿਣਤੀ ਨਹੀਂ ਕਰ ਸਕਦੇ ਕਿਉਂਕਿ ਸਮਾਂ ਬਹੁਤ ਘੱਟ ਆ ਇਸ ਲਈ ਮੇਰੀ ਸਮੁੱਚੀ ਰਵਿਦਾਸ ਬਰਾਦਰੀ ਨੂੰ ਜਿਹੜੀ ਕਿ ਇੱਕ ਫੈਮਿਲੀ ਦੀ ਤਰ੍ਹਾਂ ਹੈ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਵਾਲਮੀਕੀ ਵੀ ਇਹਨਾਂ ਦੇ ਨਾਲ ਹਨ
ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਇਹ ਯਕੀਨ ਦਿਵਾਉਂਦੇ ਹਾਂ ਕਿ ਸਦਾ ਹੀ ਤੁਹਾਡੇ ਨਾਲ ਹਾਂ। ਜੋ ਬੋਲੇ ਸੋ ਨਿਰਭੈ। ਮੈਂ ਵੀਰ ਅਰਨ ਕੁਮਾਰ ਜੀ ਨੂੰ ਬੇਨਤੀ ਕਰਦਾ। ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਇੱਕ ਮਿੰਟ ਵਾਸਤੇ ਬੋਲਣ ਦਾ ਮੌਕਾ ਦਿੱਤਾ। ਜੋ ਟੀਵੀ ਚੈਨਲ ਹੈ ਇਹ ਇੱਕ ਮੀਡੀਅਮ ਹੈ ਸਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਗੱਲ ਕਹੀ ਸੀ, ਜੋ ਵੀ ਵਿਚਾਰ ਚੰਗਾ ਹੈ ਜੇਕਰ ਉਸਨੂੰ ਪ੍ਰਚਾਰਨ ਵਾਲੇ ਨਹੀਂ ਹਨ ਤਾਂ ਉਹ ਵਿਚਾਰ ਆਪਣੇ ਆਪ ਮਰ ਜਾਂਦਾ ਹੈ। ਇਸ ਕਰਕੇ ਟੀਵੀ ਚੈਨਲ ਹੀ ਇੱਕ ਐਸਾ ਮੀਡੀਅਮ ਹੈ ਜੋ ਕਿ ਇਸ ਵਿਚਾਰ ਨੂੰ ਉੱਪਰ ਲੈ ਕੇ ਜਾ ਸਕਦਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਜੋ ਹੈ ਉਸਨੂੰ ਪ੍ਰਚਾਰਨ ਵਾਸਤੇ ਜੋ ਆਪਨੇ ਉਪਰਾਲਾ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ। ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ। ਥੈਂਕ ਯੂ ਮੈਮ। ਚਮਨ ਲਾਲ ਜੀ। ਜੈ ਗੁਰਦੇਵ। ਮੈਂ ਦਾਸ ਚਮਨ ਲਾਲ ਮੰਡਾਰ ਸ਼੍ਰੀ ਗੁਰਦਾਸ ਮਿਸ਼ਨ ਇੰਟਰਨੈਸ਼ਨਲ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਕਿ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਕਿ ਜਿਹੜੀ ਸਾਡੀ ਸਦੀਆਂ ਦੀ ਵਿਚਾਰ ਸੀ, ਸੋਚ ਸੀ ਮੀਡੀਆ ਦੀ, ਉਸਨੂੰ ਸਰਕਾਰ ਕੀਤਾ ਹੈ। ਮੈਂ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗਨਾਈਜੇਸ਼ਨ ਦੇ ਵੱਲੋਂ। ਅਸੀਂ ਪੂਰਨ ਯੋਗ ਦੇਵਾਂਗੇ। ਥੈਂਕ ਯੂ ਵੈਰੀ ਮੱਚ। ਜੈ ਗੁਰਦੇਵ। ਧੰਨ ਗੁਰਦੇਵ। ਬੀਬੀ ਜੀ, ਪਹਿਲਾਂ ਤਾਂ ਮੈਂ ਭੁੱਲ ਦਿੰਦਾ ਵਾ, ਮੈਂ ਸਾਰੀ ਸਮੁੱਚੀ ਸਾਧ ਸੰਗਤ ਨੂੰ ਪਹਿਲਾਂ ਮੈਂ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦੀ ਹਾਂ ਕਿ ਅੱਜ ਇਹ ਸਾਡੇ ਚੈਨਲ ਸ਼ੁਰੂ ਆਦਿ ਕੀਤੀ ਆ ਅਤੇ ਇਸ ਚੈਨਲ ਨੂੰ, ਇਹ ਸਾਰਿਆਂ ਦਾ ਹੀ ਚੈਨਲ ਆ ਅਤੇ ਸਾਰਿਆਂ ਨੇ ਰਲ ਮਿਲ ਕੇ ਇਸ ਚੈਨਲ ਦਾ ਸਹਿਯੋਗ ਦੇਣਾ ਆ ਅਤੇ ਆਪਣਾ ਯੋਗਦਾਨ ਪਾਉਣਾ ਆ ਅਤੇ ਅੱਜ ਇੰਨੀ ਖੁਸ਼ੀ ਦੀ ਗੱਲ ਆ ਕਿ ਅਸੀਂ ਲਫਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੇ। ਜੈ ਗੁਰਦੇਵ। ਧੰਨ ਗੁਰਦੇਵ। ਪਿਆਰੇ ਦਰਸ਼ਕੋ, ਅੱਜ ਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਔਰ ਗੁਰੂ ਰਵਿਦਾਸ ਸਮਾਜ ਦੇ ਸ਼ਰਧਾਲੂਆਂ ਨੂੰ ਔਰ ਮਾਨਵਤਾ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਅਖੀਰ ਦੇ ਵਿੱਚ ਹਰਵੰਸ਼ ਸ਼ੌਂਕੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਪ੍ਰੋਗਰਾਮ ਅੱਜ ਦੀਆਂ ਗੱਲਾਂ ਨਾਲ ਨਹੀਂ ਸਮਾਪਤ, ਅਜੇ ਆਪਣਾ ਕੰਮ ਸ਼ੁਰੂ ਹੋਇਆ। ਸਾਡੇ ਪ੍ਰੋਜੈਕਟ ਕਿਹੜੇ ਨੇ, ਰਵਿਦਾਸੀਆ ਕੌਮ ਨੇ ਕਿਹੜੇ ਕਿਹੜੇ ਪ੍ਰੋਜੈਕਟ ਉਲੀਕੇ ਨੇ, ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਕਿਹੜੇ ਕਿਹੜੇ ਪ੍ਰੋਜੈਕਟ ਉਲੀਕੇ ਨੇ, ਉਹ ਅਸੀਂ ਇਸ ਪਲੇਟਫਾਰਮ ਤੋਂ ਅਸੀਂ ਦਰਸਾਉਂਦੇ ਰਹਾਂਗੇ। ਜਿੰਨੀਆਂ ਵੀ ਸੰਗਤਾਂ, ਜਿੰਨੇ ਵੀ ਸਾਡੇ ਪ੍ਰੋਗਰਾਮ ਨੂੰ ਅੱਜ ਹੁੰਗਾਰਾ ਦੇਣ ਵਾਸਤੇ ਆਏ ਨੇ, ਰਿਸਪੌਂਸ ਦੇਣ ਵਾਸਤੇ ਆਏ ਨੇ, ਹੱਲਾਸ਼ੇਰੀ ਦੇਣ ਵਾਸਤੇ ਆਏ ਨੇ, ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਔਰ ਇਹਨਾਂ ਦੇ ਪ੍ਰਬੰਧਕਾਂ ਵੱਲੋਂ, ਇਹਨਾਂ ਦੇ ਫਾਊਂਡਰ ਮੈਂਬਰਾਂ ਵੱਲੋਂ ਔਰ ਇਹਨਾਂ ਨੂੰ ਸਪੋਰਟ ਕਰਨ ਵਾਲੇ ਸਪੋਰਟਰਾਂ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਫਿਰ ਅਖੀਰ ਦੇ ਵਿੱਚ ਜੈ ਗੁਰਦੇਵ, ਧੰਨ ਗੁਰਦੇਵ। ਜੋ ਬੋਲੇ ਸੋ ਨਿਰਭੈ। ਗੁਰੂ ਰਵਿਦਾਸ ਤੋਂ ਖੈਰਾਂ ਮੰਗੀਏ, ਸੱਤੇ ਖੈਰਾਂ, ਰੱਬ ਰਾਖਾ, ਧੰਨਵਾਦ। ਜੈ ਗੁਰਦੇਵ।